ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਤੇ ਹਾ ਹਉ ਕਰੀ ਵਖਿਆਲ ਦਾਸਨ ਦਾਸ ਕਹ ਜਨ ਨਾਨਕ ਜੇ ਹਾ ਤੂੰ ਕਰਾਏ ਹੈ ਇਹਾ ਹਾਉ ਕਰੀਂ ਵਖਿਆਨ ਤਨ ਸਤਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪਿਛਲੇ ਦਿਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬੋਲ ਜਪਜੀ ਸਾਹਿਬ ਜੀ ਦੀ ਵਿਚਾਰ ਹੋ ਰਹੀ ਹੈ ਸਤਗੁਰਾਂ ਨੇ ਕਿਰਪਾ ਕੀਤੀ ਅੱਜ ਫੇਰ ਆਪਣੀ ਗੋਦ ਵਿੱਚ ਬੈਠ ਕੇ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਵਿਚਾਰ ਸੁਣਨ ਦਾ ਸਮਾਂ ਮਾਰੇ ਨੇ ਬਖਸ਼ਿਆ ਹੈ ਆਓ ਇਹਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਲੜੀਵਾਰ ਫਿਰ ਆਰੰਭ ਹੋਵੇ ਗੁਰੂ ਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੰਤਨ ਸਿਫਤੀ ਕਹਿਣ ਅੰਤ ਅੰਤਨ ਕਰਨ ਦੇਣ ਦਾ ਅੰਤ ਤਨ ਗਰੀਬ ਨਵਾਤ ਅਕਾਲ ਪੁਰਖ ਦੇ ਗੁਣ ਬਿਆਨ ਕਰਕੇ ਉਹਦੀ ਬੇਅੰਤਤਾਈ ਦੀ ਵਿਚਾਰ ਦੱਸ ਰਹੇ ਨੇ ਜਿਵੇਂ ਕੱਲ ਅਸੀਂ ਵਿਚਾਰ ਆਖਰੀ ਪੌੜੀ ਜਿਹੜੀ ਤੇਵੀਂ ਪੌੜੀ ਦੀ ਵਿਚਾਰ ਹੋਈ ਸੀ ਕਿ ਕੀੜੀ ਤੁਲ ਨਾ ਹੋਵਨੀ ਜੇਤਸ ਮਨੋਂ ਨਾ ਵਿਸਰੇ ਨਾਮ ਦੀ ਉਪਮਾ ਹੈ ਪਰਮਾਤਮਾ ਦੇ ਨਾਮ ਦੀ ਕਿੱਡੀ ਵੱਡੀ ਵਡਿਆਈ ਮਹਾਰਾਜ ਬਿਆਨ ਕੀਤੀ ਕਿ ਇੱਕ ਪਾਸੇ ਉਹ ਮਨੁੱਖ ਜਿਹੜਾ ਸਮੁੰਦਰਾਂ ਦਾ ਰਾਜਾ ਹੈ ਉਹਦੇ ਘਰ ਵਿੱਚ ਪਹਾੜਾਂ ਜਿੱਡੇ ਦੌਲਤ ਦੇ ਢੇਰ ਲੱਗੇ ਹੋਏ ਨੇ ਹੀਰਿਆਂ ਮੋਤੀਆਂ ਦੇ ਪਰ ਉਹ ਨਾਮ ਨਹੀਂ ਜਪਦਾ ਪਰਮਾਤਮਾ ਦੀ ਦਾਦ ਨਾਲ ਟੁੱਟਿਆ ਹੋਇਆ ਇੱਕ ਪਾਸੇ ਕੀੜੀ ਵਰਗਾ ਭਾਵ ਕੇ ਅਤ ਦਾ ਗਰੀਬ ਬੰਦਾ ਇੱਕ ਸਧਾਰਨ ਮਨੁੱਖ ਉਹ ਨਾਮ ਜਪ ਰਿਹਾ ਤੇ ਉਹਦੇ ਹਿਰਦੇ ਵਿੱਚ ਪਰਮਾਤਮਾ ਦੀ ਦਾਦ ਆ ਤੇ ਫਿਰ ਮਾਰੇ ਕਹਿੰਦੇ ਨੇ ਨਾਮ ਦੀ ਵਡਿਆਈ ਏਡੀ ਵੱਡੀ ਆ ਕਿ ਉਹ ਜਿਹੜਾ ਸਮੁੰਦਰਾਂ ਦਾ ਬਾਦਸ਼ਾਹ ਹੈ ਜਿਹੜਾ ਸਾਰੀ ਧਰਤੀ ਦਾ ਰਾਜਾ ਹੈ ਉਹ ਨਾਮ ਜਪਣ ਵਾਲੇ ਦੇ ਸਾਹਮਣੇ ਬਹੁਤ ਤੁਸ਼ ਚੀਜ਼ ਦਿਆ ਇੱਕ ਕੀੜੀ ਵਰਗਾ ਨਹੀਂ ਕਿਉਂਕਿ ਉਹ ਜਿਹੜਾ ਮਨੁੱਖ ਹੈ ਉਹਦੇ ਅੰਦਰ ਨਾਮ ਹੈ ਤੇ ਨਾਮ ਨੇ ਉਹਨੂੰ ਏਡਾ ਵੱਡਿਆ ਕਰ ਦਿੱਤਾ ਨਾਮ ਮਿਲਦੇ ਅਨਸਾਰ ਕਰਤੇ ਪੁਰਖ ਦੇ ਨਾਲ ਜਾਤ ਜੁੜਦੇ ਅਨਸਾਰ ਮਨੁੱਖ ਦੀ ਜਿਹੜੀ ਜਾਤ ਪਾਤ ਧਨ ਦੌਲਤ ਇਹ ਬਹੁਤ ਥੱਲੇ ਰਹਿ ਜਾਂਦੀਆਂ ਨੇ ਚੀਜ਼ਾਂ ਫਿਰ ਮਹਾਰਾਜ ਕਹਿਣਗੇ ਗਰੀਬ ਕੌਣ ਆ ਤੇ ਅਮੀਰ ਕੌਣ ਆ ਬਾਰੇ ਕਹਿੰਦੇ ਨੇ ਕਹ ਕਬੀਰ ਨਿਰਦਨ ਹੈ ਸੋਈ ਜਾਂਕਾ ਹਿਰਦੈ RAM ਨਾ ਹੋਈ ਅਸਲ ਵਿੱਚ ਇਸ ਦੁਨੀਆ ਤੇ ਗਰੀਬ ਬੰਦਾ ਉਹ ਆ ਜਿਹੜਾ ਬੰਦਾ ਆਪਣੀ ਰਸਨਾ ਤੋਂ ਨਹੀਂ ਜਪਦਾ ਸਤਨਾਮ ਸ੍ਰੀ ਵਾਹਿ ਉਹ ਗਰੀਬ ਆ ਤੇ ਜਿਹੜਾ ਜਪਦਾ ਹੈ ਉਹ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਰਾਜਿਆਂ ਤੋਂ ਕਈ ਰਾਜੇ ਤੇ ਉਹਦੇ ਅੱਗੇ ਕੱਖ ਵੀ ਨਹੀਂ ਨਾਮ ਜਪਣ ਵਾਲੇ ਦੇ ਅੱਗੇ ਕੱਲੇ ਕੰਗਾਲ ਹੀ ਨਹੀਂ ਇਹ ਲੋਕ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਬਾਰੇ ਤੇ ਇੰਜ ਵੀ ਲਿਖਿਆ ਹੋਇਆ ਕਿ ਫਰੀਦਾ ਜਿਨ੍ਹਾਂ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਨ ਨਾਉ ਮਾਰੇ ਕਹਿੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੋਇਆ ਜਿਹੜੇ ਲੋਕ ਸੰਗਤ ਨੂੰ ਛੱਡ ਗਏ ਨੇ ਜਿਹੜੇ ਲੋਕ ਕਦੀ ਸਤਿਗੁਰ ਦਾ ਦਰਸ਼ਨ ਕਰਨ ਵਾਸਤੇ ਨਹੀਂ ਆਉਂਦੇ ਗਰੀਬਨਵਾਦੀ ਕਹਿੰਦੇ ਨੇ ਉਹਨਾਂ ਦੇ ਮੁਖ ਡਰਾਉਣੇ ਨੇ ਉਹਨਾਂ ਮੂੰਹਾਂ ਵੱਲ ਵੇਖ ਕੇ ਡਰ ਲੱਗਦਾ ਜਾਂ ਇੰਜ ਵੀ ਗਰੀਬਨਵਾਦੀ ਨੇ ਆਖਿਆ ਐਸੇ ਲੋਗਨ ਸਿਓ ਕਿਆ ਕਹੀਏ ਜਿਹੜੇ ਨਾਮ ਨੂੰ ਛੱਡ ਗਏ ਨੇ ਸੰਗਤ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਕੀ ਕਹਿਣਾ ਮਾਰੇ ਕਹਿੰਦੇ ਨੇ ਐਸੇ ਲੋਗਨ ਸਿਉਕਿਆ ਕਹੀ ਹੈ ਜੋ ਪ੍ਰਭ ਕੀਏ ਭਗਤ ਤੇ ਬਾਹੰਜ ਤਿੰਨ ਤੇ ਸਦਾ ਡਰਾਨੇ ਰਹੀਏ ਮਾਰੇ ਕਹਿੰਦੇ ਨੇ ਉਹ ਡਰਾਉਣੇ ਮੂੰਹ ਵਾਲੇ ਨੇ ਉਹਨਾਂ ਕੋਲੋਂ ਡਰ ਕੇ ਤੇ ਪਿੱਛੇ ਹੋ ਜੋ ਬਿਲਕੁਲ ਉਹਨਾਂ ਦੇ ਨਾਲ ਸੰਗ ਨਹੀਂ ਕਰਨਾ ਫਰੀਦਾ ਤਿੰਨਾ ਮੁਖੜ ਰਾਵਣੇ ਜਿਨ੍ਹਾਂ ਵਿਸਾਰੇ ਉਹਨਾਂ ਨਾਉ ਤੇ ਫਲ ਕੀ ਮਿਲੇਗਾ ਇਥੇ ਦੁੱਖ ਹਨੇਰੀਆਂ ਅਗਰ ਠੌਰ ਨਾ ਠਾਓ ਇੱਥੇ ਵੀ ਉਹ ਈਰਖਾ ਤ੍ਰਿਸ਼ਨਾ ਤੇ ਲੋਭ ਦੇ ਵਿੱਚ ਲਾਲਚ ਦੇ ਵਿੱਚ ਸੜਦੇ ਭੁੱਜਦੇ ਰਹਿਣਗੇ ਬਹੁਤ ਦੁੱਖ ਮਿਲੇਗਾ ਕੀ ਸੜਦੇ ਭੁੱਜਦੇ ਨੇ ਬਹੁਤ ਕੁਝ ਘਰ ਵਿੱਚ ਹੋਵੇ ਤੇ ਮਨ ਕੰਟਰੋਲ ਵਿੱਚ ਨਹੀਂ ਹੁੰਦਾ ਤੇ ਅਜੇ ਕਹਿੰਦੇ ਨੇ ਜਿੰਨਾ ਚਾਹੀਦਾ ਸੀ ਉਹਨਾਂ ਮਿਲਿਆ ਨਹੀਂ ਹੋਰ ਚਾਹੀਦਾ ਹੋਰ ਚਾਹੀਦਾ ਇੱਕ ਮੈਂ ਕਿਤਾਬ ਪੜ੍ਹ ਰਿਆ ਸਾਂ ਉਹਦੇ ਵਿੱਚ ਇੱਕ ਬਹੁਤ ਅਮੀਰ ਬੰਦਾ ਜਿਹਦੀਆਂ ਬੜੀਆਂ ਫੈਕਟਰੀਆਂ ਨੇ ਕਈ ਸ਼ਿਪਾਂ ਦਾ ਮਾਲਕ ਆ ਬਹੁਤ ਵੱਡਾ ਕਾਰੋਬਾਰ ਉਹਦਾ ਆਖਰੀ ਸਮਾਂ ਤੇ ਉਹ ਅਖਬਾਰਾਂ ਵਿੱਚ ਆ ਗਿਆ ਵੀ ਫਲਾਣਾ ਅਮੀਰ ਬੰਦਾ ਹੁਣ ਹਸਪੀਟਲ ਆ ਪਤਾ ਨਹੀਂ ਉਹਨੇ ਇੱਕ ਦਿਨ ਰਹਿਣਾ ਕਿ ਦੋ ਦਿਨ ਰਹਿਣਾ ਤੇ ਉਹ ਫਿਰ ਇੱਕ ਰਿਪੋਰਟਰ ਸੀ ਕੋਈ ਲਖਾਰੀ ਸੀ ਤੇ ਉਹਦੀ ਜੀਵਨੀ ਲਿਖ ਰਿਆ ਸੀ ਵੀ ਇਹ ਬੰਦੇ ਨੇ ਬੜੀ ਤਰੱਕੀ ਕੀਤੀ ਹੈ ਕਦੀ ਇਹ ਬੰਦਾ ਬੜਾ ਗਰੀਬ ਸੀ ਤੇ ਗਰੀਬੀ ਤੋਂ ਉੱਠਿਆ ਤੇ ਇਹਨੇ ਇੱਕ ਫੈਕਟਰੀ ਬਣਾਈ ਦੋ ਬਣਾਈਆਂ ਹੌਲੀ ਹੌਲੀ ਸ਼ਿਪਾਂ ਦਾ ਮਾਲਕ ਬਣ ਗਿਆ ਇਹ ਬੜਾ দান ਵੀ ਦੇਣ ਲੱਗ ਪਿਆ ਤੇ ਉਹਨਾਂ ਦੇ ਮਨ ਵਿੱਚ ਆ ਵੀ ਇਹਨੇ ਬੜੀ ਤਰੱਕੀ ਕੀਤੀ ਹੈ ਤੇ ਉਹਦੀ ਜੀਵਨੀ ਲਿਖੋ ਜੀਵਨੀ ਲਿਖਣ ਵਾਲਾ ਬੰਦਾ ਫਿਰ ਹਸਪੀਟਲ ਉਹਦਾ ਪਤਾ ਲੈਣ ਗਿਆ ਉਹਨਾਂ ਨੂੰ ਕਹਿੰਦਾ ਜੀ ਹੁਣ ਤੁਸੀਂ ਦੁਨੀਆ ਤੋਂ ਜਾਣ ਵਾਲੇ ਹੋ ਬਹੁਤ ਕੁਝ ਤੁਸੀਂ ਬਣਾਇਆ ਤੇ ਤੁਹਾਡੇ ਮਨ ਦੀ ਅਵਸਥਾ ਕੀ ਹੈ ਤੇ ਉਹ ਅੱਗੋਂ ਕਹਿੰਦਾ ਮੈਂ ਬੜਾ ਦੁਖੀ ਹਾਂ ਉਹ ਜਿਹੜਾ ਮੰਜੀ ਤੇ ਪਿਆ ਹੋਇਆ ਉਹ ਕਹਿੰਦੇ ਵੀ ਕਿਉਂ ਦੁਖੀ ਜੀ ਤੁਸੀਂ ਤੇ ਬਹੁਤ ਕੁਝ ਬਣਾਇਆ ਉਹ ਆਂਦਾ ਨਹੀਂ ਮੇਰੇ ਮਨ ਵਿੱਚ ਇਹ ਸੀ ਕਿ ਮੈਂ 1000 ਕਰੋੜ ਦੀ ਜਾਇਦਾਦ ਬਣਾ ਕੇ ਤੇ ਦੁਨੀਆ ਤੋਂ ਜਾਵਾਂ ਤੇ ਅਜੇ ਤੇ 700 ਕਰੋੜ ਦੀ ਜਾਇਦਾਦ ਬਣੀ ਆ 300 ਕਰੋੜ ਰੁਪਈਆ ਮੈਂ ਹੋਰ ਕਮਾਉਣਾ ਸੀ ਤੇ ਮੈਂ ਜੇ ਤਾਂ ਹੀ ਦੁਨੀਆ ਤੋਂ ਚਲਿਆ ਚੱਲਾਂ ਜੇ ਕਿਤੇ ਮੈਂ ਬਚ ਜਾ ਤਾਂ ਮੈਂ ਉਹ ਵੀ ਪੂਰਾ ਕਰਾਂ ਤੇ ਜੇ ਮੈਂ ਨਾ ਪੂਰਾ ਹੋਇਆ ਤੇ ਮੈਂ ਬੜਾ ਦੁਖੀ ਹਾਂ ਲਿਖਣ ਵਾਲਾ ਫਿਰ ਕਹਿੰਦਾ ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗਲਤੀ ਇਹ ਕੀਤੀ ਕਿ ਮੈਂ ਉਸ ਬੰਦੇ ਦੀ ਜੀਵਨੀ ਲਿਖਣ ਲੱਗ ਪਿਆ ਜਿੰਨੂੰ ਸਬਰ ਸੰਤੋਖ ਹੀ ਨਹੀਂ ਸੀ ਹੈਗਾ ਜਿਹਦੇ ਅੰਦਰ ਸੰਤੋਖ ਹੀ ਨਹੀਂ ਕਿਉਂਕਿ ਮਾਰੇ ਕਹਿੰਦੇ ਨੇ ਬਿਨਾਂ ਸੰਤੋਖ ਨਹੀਂ ਕੋਈ ਰਾਜਾ ਸੁਪਨ ਮਨੋਰਥ ਬਿਰਥੈ ਸਭ ਕਾਜ ਇਹਦਾ ਤੇ ਜੀਵਨ ਵਿਅਰਥ ਹੈ ਇਸ ਬੰਦੇ ਦਾ ਜਿਹੜਾ ਰੋਂਦਾ ਫਿਰਦਾ ਮਾਰੇ ਕਹਿੰਦੇ ਨੇ ਰਾਜੇ ਦੁਖੀ ਨੇ ਇੱਥੇ ਦੁੱਖ ਹਨੇਰਿਆਂ ਅੱਗੇ ਥੌਰ ਨਾ ਥਾਉ ਨਾਮ ਨੂੰ ਛੱਡਣ ਵਾਲਿਆਂ ਨੂੰ ਤੇ ਇੱਥੇ ਵੀ ਸੁਖ ਨਹੀਂ ਅੱਗੇ ਵੀ ਸੁਖ ਨਹੀਂ ਤੇ ਜਿਨ੍ਹਾਂ ਦੇ ਪੱਲੇ ਨਾਮ ਆ ਉਹਨਾਂ ਨੇ ਆਪਣੇ ਆਪ ਮੂੰਹ ਵਿੱਚੋਂ ਕਹਿ ਦਿੱਤਾ ਹਮ ਤਨ ਹਮ ਭਾਗਠ ਬਹੁਤ ਵੱਡਿਆਂ ਭਾਗਾਂ ਵਾਲਿਆਂ ਗੁਰੂ ਅਰਜਨ ਦੇਵ ਜੀ ਨੇ ਆਖਿਆ ਕਿਉਂ ਭਾਗਾਂ ਵਾਲਿਆਂ ਉਹ ਕਹਿੰਦੇ ਨੇ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਕਾ ਕਿਸ਼ੂ ਨਾਮੋਲ ਇੰਨੇ ਕੁਝ ਹੀਰੇ ਮੋਤੀ ਸਾਡੇ ਕੋਲ ਪਏ ਹੋਏ ਨੇ ਜਿਨ੍ਹਾਂ ਦਾ ਮੁੱਲ ਹੀ ਨਹੀਂ ਕੋ ਦੱਸ ਸਕਦਾ ਇਹ ਨਾਮ ਦੀਆਂ ਸਿਫਤਾਂ ਨੇ ਔਰ ਇਹ ਜਿਹੜਾ ਨਾਮ ਇੰਨਾ ਵੱਡਾ ਹੈ ਕੀੜੀ ਵਰਗੇ ਮਨੁੱਖ ਨੂੰ ਪਹਾੜਾਂ ਤੋਂ ਉੱਚਾ ਕਰ ਦਿੰਦਾ ਉਹਦੀਆਂ ਸਿਫਤਾਂ ਤੇ ਕੀਤੀਆਂ ਨੇ ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅੰਤ ਨੰ ਸਿਫਤੀ ਕਹਿ ਨੰਤ ਜਿੰਨੀਆਂ ਮਰਜ਼ੀ ਕੋ ਸਿਫਤਾਂ ਕਰ ਕਰਕੇ ਕਰ ਕਰਕੇ ਵੇਖ ਲਵੇ ਕਰਤੇ ਪੁਰਖ ਦਾ ਅੰਤ ਨਹੀਂ ਪੈ ਸਕਦਾ ਨਾ ਬੋਲ ਕੇ ਨਾ ਲਿਖ ਕੇ ਅੰਤ ਨਾ ਕਰਣਾ ਦੇ ਨਾ ਅੰਤ ਕਿਉਂਕਿ ਉਹਨੇ ਕਿੰਨਾ ਕੁਝ ਬਣਾ ਦਿੱਤਾ ਇਹ ਵੀ ਕੋਈ ਨਹੀਂ ਦੱਸ ਸਕਦਾ ਤੇ ਉਹ ਕਿੰਨੀਆਂ ਤੇ ਦਾਤਾਂ ਦੇ ਰਿਹਾ ਇਹ ਵੀ ਨਹੀਂ ਕੋ ਦੱਸ ਸਕਦਾ ਅਸੀਂ ਦੂਰ ਦੂਰ ਤੇ ਕੀ ਜਾਈਏ ਚਲੋ ਕੱਲ ਪਰਸੋਂ ਵੀ ਅਸੀਂ ਵਿਚਾਰ ਕਰ ਰਹੇ ਸਾਂ ਵੀ ਆਗਮ ਅਗਮ ਅਸੰਖ ਲੋ ਸਾਇੰਸ ਨੇ ਬੜਾ ਕੁਝ ਵੇਖ ਲਿਆ ਹੈ ਧਰਤੀ ਦੇ ਕਈ ਚੱਕਰ ਲੱਗ ਗਏ ਨੇ ਕਈ ਗ੍ਰਹਾਂ ਦੇ ਚੱਕਰ ਮੰਗਲ ਗ੍ਰਹਿ ਤੇ ਪਹੁੰਚ ਗਏ ਨੇ ਚੰਦਰਮੇ ਤੇ ਪਹੁੰਚ ਗਏ ਨੇ ਸੂਰਜ ਬਾਰੇ ਕੁਝ ਪਤਾ ਕਰ ਲਿਆ ਗਿਆ ਪਰ ਗੁਰੂ ਨਾਨਕ ਸਾਹਿਬ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਇੱਕ ਸੂਰਜ ਨਹੀਂ ਹੈਗਾ ਲੱਖਾਂ ਕਰੋੜਾਂ ਸੂਰਜ ਨੇ ਅੱਗੇ ਤੋਂ ਅੱਗੇ ਹੋਰ بڑا ਕੁਝ ਆ ਤਾਂ ਫਿਰ ਮਹਾਰਾਜ ਜੀ ਕਹਿੰਦੇ ਨੇ ਜੇ ਉਹਦੇ ਬਣਾਏ ਹੋਏ ਇਹ ਸਾਰੇ ਪਸਾਰੇ ਦਾ ਅੰਤ ਨਹੀਂ ਨਾ ਪੈਂਦਾ ਤੇ ਉਹ ਕੱਲੇ-ਕੱਲੇ ਜੀ ਨੂੰ ਕਿੰਨੀਆਂ ਕੁ ਦਾਤਾਂ ਦੇ ਰਿਹਾ ਉਹਦੀਆਂ ਦਾਤਾਂ ਦਾ ਵੀ ਅੰਤ ਬਿਲਕੁਲ ਨਹੀਂ ਪੈਂਦਾ ਉਹ ਏਡਾ ਵੱਡਾ ਦਾਤਾ ਹੈ ਇੱਕ ਲਖਾਰੀ ਕਹਿ ਰਿਹਾ ਸੀ ਗੁਰਮੁਖ ਨਾਮ ਜਪਣ ਵਾਲਾ ਤੂੰ ਏਡਾ ਦਿਆਲੂ ਆ ਤੂੰ ਇੰਨਾ ਕੁਝ ਸਾਨੂੰ ਦਿੱਤਾ ਜੇ ਤੂੰ ਮੈਨੂੰ 100 ਸਾਲ ਦੀ ਜ਼ਿੰਦਗੀ ਦਵੇਂ ਤੇ 100 ਸਾਲ ਮੈਂ ਗੁਨਾਹ ਕਰਾਂਗਾ ਉਹਨਾਂ ਨੇ ਪਰਮਾਤਮਾ ਦੀ ਸਿਫਤ ਕਰਦਿਆਂ ਲਿਖਿਆ 100 ਸਾਲ ਦੀ ਜ਼ਿੰਦਗੀ ਦਵੇਂ ਤੇ ਮੈਂ 100 ਸਾਲ ਗੁਨਾਹ ਕਰਾਂਗਾ ਤੇ 100 ਸਾਲ ਗੁਨਾਹ ਕਰਕੇ ਤੇ ਫਿਰ ਮੁੜ ਕੇ ਮੈਂ ਨਿਚੋੜ ਕੱਢਾਂਗਾ ਵੀ ਮੇਰੀ ਜ਼ਿੰਦਗੀ ਵਿੱਚ ਮੈਂ ਗੁਨਾਹ ਬਹੁਤੇ ਕੀਤੇ ਨੇ ਕਿ ਤੂੰ ਮੇਰੇ ਉੱਤੇ ਬਖਸ਼ਿਸ਼ ਬਹੁਤੀ ਕੀਤੀ ਆ ਮੇਰੇ ਗੁਨਾਹ ਨਿਕੇਜੇ ਹੋ ਜਾਣਗੇ ਤੇਰੀਆਂ ਦਾਤਾਂ ਬਹੁਤ ਵੱਡੀਆਂ ਹੋ ਜਾਣਗੀਆਂ ਕਿਉਂਕਿ ਤੂੰ ਤੇ ਇੱਡਾ ਵੱਡਾ ਦਾਤਾ ਹੈ ਆ ਇੱਕ ਕੱਲੇ ਸਵਾਸਾਂ ਦੀ ਗੱਲ ਹੀ ਲੈ ਲਈਏ ਅਸੀਂ ਕਹਿੰਨੇ ਸਵਾਸ ਲੈ ਰਹੇ ਆਂ ਨਹੀਂ ਕੋਈ ਬੰਦਾ ਸਵਾਸ ਨਹੀਂ ਲੈਂਦਾ ਜੇ ਸਵਾਸ ਅਸੀਂ ਲੈਂਦੇ ਹੁੰਦੇ ਤੇ ਕਦੇ ਤੇ ਮਰ ਜਾਂਦੇ ਬੇਤਿਆਨੇ ਤੁਰੇ ਫਿਰਦੇ ਆਂ ਕੋਈ ਬੰਦਾ ਸਵਾਸ ਨਹੀਂ ਲੈਂਦਾ ਸਵਾਸ ਆਪਣੇ ਆਪ ਚੱਲ ਰਿਹਾ ਇੱਕ ਸਾਡੇ ਬਜ਼ੁਰਗ ਸੀ ਤੇ ਉਹਨਾਂ ਦੀਆਂ ਅੱਖਾਂ ਚਮਕਣ ਚ ਉਹਨਾਂ ਨੂੰ ਮੁਸ਼ਕਲ ਆਈ ਉਹ ਡਾਕਟਰ ਨੂੰ ਮੁਖਾਲਣ ਗਏ ਤੋਂ ਕਹਿੰਦੇ ਵੀ ਮੇਰੇ ਕੋ ਅੱਖ ਨਹੀਂ ਚਮਕੀ ਜਾਂਦੀ ਮੇਰੇ ਦਰਦ ਹੁੰਦੀ ਆ ਤੋ ਉਹਨਾਂ ਨੇ ਆਖਿਆ ਵੀ ਇਹਦੇ ਅੰਦਰ ਇੱਕ ਛੋਟੀ ਜੀ ਨਾੜ ਆ ਜਿਹਦੇ ਰਾਹੀਂ ਕੁਦਰਤੀ ਤੌਰ ਤੇ ਅੱਖ ਦੇ ਵਿੱਚ ਪਾਣੀ ਆਉਂਦਾ ਤੇ ਦੂਜੇ ਪਾਸੇ ਨੂੰ ਨਿਕਲ ਜਾਂਦਾ ਤੇ ਜਿੱਦੀ ਉਹ ਨਾੜ ਬੰਦ ਹੋ ਜੇ ਅੱਖ ਖੁਸ਼ਕ ਹੋ ਜਾਂਦੀ ਆ ਤੋ ਚਮਕੀ ਨਹੀਂ ਜਾਂਦੀ ਉਹ ਕਹਿੰਦੇ ਤੁਸੀਂ ਨਹੀਂ ਚਮਕ ਰਾਇ ਬਜ਼ੁਰਗ ਤੁਹਾਨੂੰ ਪਤਾ ਲੱਗਾ ਪ੍ਰਮਾਤਮਾ ਕੀ ਕੁਝ ਦਿੰਦਾ ਸਾਨੂੰ ਜਰਾ ਕਿ ਇੱਕ ਅੱਖ ਦਾ ਪਾਣੀ ਬੰਦ ਹੋਇਆ ਤੇ ਅੱਖ ਨਹੀਂ ਚਮਕੀ ਜਾਂਦੀ ਇਹ ਸਭ ਸਿਲਸਿਲੇਵਾਰ ਉਹਦੀਆਂ ਦਾਤਾਂ ਨੇ ਇੰਨਾ ਕੁ ਜਵ ਜਿਹੜਾ ਆਪਣੇ ਆਪ ਹੀ ਵਰਤ ਰਿਹਾ ਸਾਡੇ ਕੋਲ ਉਹਦੀਆਂ ਦਾਤਾਂ ਦੀ ਗਿਣਤੀ ਨਹੀਂ ਹੋ ਸਕਦੀ ਅੰਤਨ ਵੇਖਣ ਸੁਣਨ ਦਾ ਅੰਤ ਮਹਾਰਾਜ ਕਹਿੰਦੇ ਨੇ ਇੰਨਾ ਅੱਖਾਂ ਦੀ ਵੇਖਣ ਦੀ ਇੱਕ ਹੱਦ ਆ ਕੋਈ ਉੱਚੇ ਥਾਂ ਬੰਦਾ ਬਿਠਾ ਦਿਓ ਕਿੰਨਾ ਕੁ ਵੇਖ ਲੇਗਾ 1 ਮੀਲ 2 ਮੀਲ ਸਪਸ਼ਟ ਕਿੰਨਾ ਕੁ ਵੇਖ ਲੇਗਾ ਵੇਖਣ ਨੂੰ ਤਾਂ ਇਥੋਂ ਪਹਾੜ ਵੀ ਦਿਖਦੇ ਨੇ ਸਾਡੇ ਸ਼ਹਿਰ ਤੋਂ ਪਰ ਉਹਨਾਂ ਪਹਾੜਾਂ ਤੇ ਕੀ ਕੁਝ ਹੋ ਰਿਹਾ ਕੱਖ ਨਹੀਂ ਇੱਕ ਆਕਾਰ ਜਿਹਾ ਹੀ ਦਿਖਦਾ ਪਿਓ ਪਹਾੜ ਦੇ ਸਪਸ਼ਟ ਕਿੰਨਾ ਕੁ ਵੇਖ ਲੇਗਾ ਮਾਰੇ ਕਹਿੰਦੇ ਨੇ ਉਹ ਏਡਾ ਵੱਡਾ ਹੈ ਤੇਰੀਆਂ ਅੱਖਾਂ ਵਿੱਚ ਨਹੀਂ ਆ ਸਕਦਾ ਕਦੀ ਇਦਾਂ ਕਿਹਾ ਸੀ موسی ਪੈਗੰਬਰ ਨੇ ਇਸਲਾਮ ਧਰਮ ਦੇ ਵਿੱਚ ਉਹ ਵਚਨ ਦਰਜਿਆ ਉਹ ਕੋਹਿਮਤੂਰ ਪਰਬਤ ਤੇ ਬਹਿ ਕੇ ਸੁਰਤ ਜੋੜਦਾ ਸੀ ਤੇ ਖੁਦਾ ਦੇ ਨਾਲ ਉਹਦੀਆਂ ਗੱਲਾਂ ਹੁੰਦੀਆਂ ਸੀ ਤੇ ਅਕਸਰ ਹੀ ਉਹ ਇਹ ਕੰਮ ਕਰਦਾ ਸੀ ਲੋਕਾਂ ਦੀਆਂ ਬੇਨਤੀਆਂ ਖੁਦਾ ਅੱਗੇ ਕਰਨੀਆਂ ਖੁਦਾ ਕੋਲੋਂ ਲੋਕਾਂ ਦੀਆਂ ਅਰਦਾਸਾਂ ਦੇ ਹੱਲ ਕਰਾ ਕੇ ਤੇ ਮੁੜ ਕੇ ਲੋਕਾਂ ਨੂੰ ਦੱਸਣਾ ਤੇ ਉਹਦੇ ਮਨ ਵਿੱਚ ਬੜਾ ਆ ਗਿਆ ਵੀ ਮੇਰੀਆਂ ਤੇ ਖੁਦਾ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਤੋ ਇੱਕ ਦਿਨ ਖੁਦਾ ਨੂੰ ਕਹਿੰਦਾ ਵੀ ਐ ਖੁਦਾ ਮੇਰੇ ਮਨ ਦੀ ਇੱਛਾ ਵਾ ਵੀ ਮੈਂ ਤੇਰਾ ਦਰਸ਼ਨ ਕਰਾਂ ਖੁਦਾ ਨੇ ਅੱਗੋਂ ਇਹ ਗੱਲ ਆਖੀ موسی ਤਿਆਰੀ ਕਰ ਮੇਰਾ ਦਰਸ਼ਨ ਇੰਨਾ ਤੇਜ ਪ੍ਰਕਾਸ਼ ਵਾਲਾ ਵੀ ਤੇਰੇ ਕੋਲੋਂ ਝੱਲਿਆ ਨਹੀਂ ਜਾਣਾ ਅਜੇ ਤੇਰੀ ਤਿਆਰੀ ਨਹੀਂ ਹੈਗੀ अर्जुन ਨੇ ਵੀ ਆਖਿਆ ਸੀ ਮਾਂ ਭਾਰਤ ਦੇ ਜੰਗ ਵਿੱਚ ਮੈਨੂੰ ਆਪਣਾ ਰੂਪ ਦਿਖਾਓ ਮਹਾਰਾਜ ਨੇ ਆਖਿਆ ਸੀ ਤੂੰ ਨਹੀਂ ਵੇਖ ਸਕਦਾ ਤੇਰੀ ਅਜੇ ਤਿਆਰੀ ਨਹੀਂ موسی ਜਦੋਂ ਬਹੁਤ ਜ਼ਿਆਦਾ ਜिद ਪੈ ਗਿਆ ਜਿਹਦੇ ਇਦਾਂ ਦੀ ਸੀ ਦੀਵੇ ਇੱਕ ਬੱਚਾ ਆਪਣੇ ਕਮਰੇ ਵਿੱਚ ਬੈਠਾ ਸੂਰਜ ਦੀ ਕਿਰਨਾ ਆਈਆਂ ਨੇ ਥੋੜੀਆਂ ਜੀਆਂ ਤੇ ਉਹ ਬੱਚਾ ਜिद ਕਰੇ ਵੀ ਮੈਂ ਪੂਰਾ ਸੂਰਜ ਆਪਣੇ ਕਮਰੇ ਵਿੱਚ ਲਿਆਉਣਾ ਉਹ ਕਿਦਾਂ ਚੱਲ ਸਕਦਾ ਸੂਰਜ ਵਾਲਾ ਤੇ ਲੱਖਾਂ ਸੂਰਜਾਂ ਦੇ ਤੇਜ ਪ੍ਰਤਾਪ ਵਰਗਾ ਪਰਮੇਸ਼ਰ موسی ਕਹਿੰਦਾ ਜੀ ਦਰਸ਼ਨ ਕਰਨਾ ਏਦਾਂ ਜਦੋਂ ਬਾੜ-ਬਾਰ ਜ਼ਿੱਦ ਕੀਤੀ ਤਾਂ ਉਹਨਾਂ ਕਹਿੰਿਆ ਠੀਕ ਐ ਫਿਰ ਅੱਖਾਂ ਖੋਲ ਕੇ ਵੇਖ ਤੇ ਉਹਨਾਂ ਦੀ ਧਾਰਮਿਕ ਕਿਤਾਬ ਵਿੱਚ ਲਿਖਿਆ ਵੀ ਜਦੋਂ ਖੁਦਾ ਨੇ موسی ਨੂੰ ਦਰਸ਼ਨ ਦਿੱਤਾ ਦਰਸ਼ਨ ਝਾਲੀ ਨਹੀਂ ਸਕਿਆ ਨਾਲ ਹੀ ਬੇਹੋਸ਼ ਹੋ ਗਿਆ ਇੰਨਾ ਤੇਜ ਪ੍ਰਤਾਪ ਸੀ ਤੇ ਤਿੰਨ ਦਿਨ ਬੇਹੋਸ਼ ਰਿਹਾ ਤੇ ਤੀਜੇ ਦਿਨ ਜਦ ਹੋਸ਼ ਆਈ ਤੇ ਹੱਥ ਜੋੜ ਕੇ ਉੱਚੀ ਉੱਚੀ ਕਹਿਣ ਲੱਗ ਪਿਆ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਤੇਰਾ ਦਰਸ਼ਨ ਇਹਨਾਂ ਮੈਲੀਆਂ ਅੱਖਾਂ ਨਾਲ ਨਹੀਂ ਹੋ ਸਕਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਹੈ ਅੱਖੀਂ ਬਾਝੋਂ ਦੇਖਣਾ ਉਹਦਾ ਵੇਖਣਾ ਕੀ ਆ ਇਹਨਾਂ ਮੈਲੀਆਂ ਅੱਖਾਂ ਨਾਲ ਨਹੀਂ ਉਹ ਦਿਸਣਾ ਜਦੋਂ ਦਿਸੇ ਤਾਂ ਸਾਰੇ ਹੀ ਇੰਦ੍ਰੇ ਸ਼ੁੱਧ ਹੋ ਜਾਣਗੇ ਅੱਖਾਂ ਵਿੱਚ ਵੀ ਸੱਚ ਹੋਏਗਾ ਜਬਾਨ ਵਿੱਚ ਵੀ ਸੱਚ ਹੋਏਗਾ ਸਿਰ ਤੋਂ ਪੈਰਾਂ ਤੱਕ ਜਦੋਂ ਬੰਦਾ ਸੱਚ ਦਾ ਸਰੂਪ ਹੋਏਗਾ ਫਿਰ ਇਹਨੂੰ ਸੱਚ ਦਾ ਦਰਸ਼ਨ ਹੋਏਗਾ ਮਹਾਰਾਜ ਕਹਿੰਦੇ ਨੇ ਅੰਤ ਨਾ ਵੇਖਣ ਸੁਣਨਾ ਅੰਤ ਤੂੰ ਜਿੰਨਾ ਮਰਜ਼ੀ ਵੱਡਾ ਸਰੋਤਾ ਹੋਵੇਂ ਉਹਦੀਆਂ ਸਿਫਤਾਂ ਨੂੰ ਬਹਿ ਕੇ ਪੂਰਾ ਸੁਣ ਨਹੀਂ ਸਕਦਾ ਕਿਉਂਕਿ ਉਹ ਬੇਅੰਤ ਹੈ ਅੰਤਨ ਜਾਪ ਕਿਆ ਮਨ ਮੰਤ ਕਿਆ ਮਨ ਮੰਤ ਮੰਤ ਦਾ ਮਤਲਬ ਹੁੰਦਾ ਸਲਾਹ ਜਿੰਨਾ ਮਰਜ਼ੀ ਕੋ ਸਿਆਣਾ ਤੇ ਬਰੀਕ ਦਿਮਾਗ ਦਾ ਹੋਵੇ ਕਦੀ ਨਹੀਂ ਕਿਸੇ ਨੂੰ ਪਤਾ ਲੱਗੇਗਾ ਕਿ ਰੱਬ ਮੇਰੇ ਬਾਰੇ ਆਪਣੇ ਘਰ ਵਿੱਚ ਕਿਹੜੀ ਸਲਾਹ ਕਰਕੇ ਬੈਠਾ ਹੋਇਆ ਹੁਣੇ ਹੀ ਮੇਰੇ ਨਾਲ ਰੱਬ ਨੇ ਕੀ ਕਰ ਦੇਣਾ ਕਿਸੇ ਨੂੰ ਨਹੀਂ ਪਤਾ ਆ ਤੇ ਜਿਹੜੇ ਲੋਕਾਂ ਨੇ ਆਪਣੇ ਕਾਰੋਬਾਰ ਚਲਾਏ ਹੋਏ ਨੇ ਕਿ ਇੱਕ ਦੂਜੇ ਦਾ ਭਵਿੱਖ ਦੱਸਦੇ ਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਭ ਤੋਂ ਵੱਡੀ ਮੂਰਖਤਾਈ ਆ ਜਿਹੜਾ ਬੰਦਾ ਭਵਿੱਖ ਬਾਣੀ ਕਰੇ ਵੀ ਕੱਲ ਨੂੰ ਆਹ ਹੋਣਾ ਤੇ ਇੰਨੇ ਦਿਨ ਨੂੰ ਆਹ ਹੋਣਾ ਇਹ ਸਭ ਤੋਂ ਵੱਡੀ ਮੂਰਖਤਾਈ ਜਿੰਨੀਆਂ ਵੀ ਭਵਿੱਖ ਬਾਣੀਆਂ ਲੋਕਾਂ ਨੇ ਕੀਤੀਆਂ ਸਾਰੀਆਂ ਗਲਤ ਸਭ ਕਿਸੇ ਨੂੰ ਨਹੀਂ ਪਤਾ ਲੱਗਾ ਵੀ ਕਰੋਨਾ ਆਉਣਾ ਕਿਸੇ ਨੂੰ ਨਹੀਂ ਪਤਾ ਲੱਗਾ ਪੀ ਉਥੇ ਕੀ ਕੀ ਕਰੋਨਾ ਚ ਕਿਹੜੇ ਬੰਦੇ ਨਾਲ ਕੀ ਹੋ ਜਾਣਾ ਬੜੇ ਬੜੇ ਚੰਗੇ ਬੰਦੇ ਅਕਲਾਂ ਵਾਲੇ ਪੜ੍ਹੇ ਲਿਖੇ ਬੰਦੇ ਉਹ ਐਵੇਂ ਗਏ ਵਿਚਾਰੇ ਭੰਗ ਦੇ ਭਾ ਕੋਈ ਕਿਸੇ ਦੇ ਭੋਗ ਤੱਕ ਨਹੀਂ ਪਹੁੰਚ ਸਕਿਆ ਨਹੀਂ ਪਤਾ ਲੱਗਾ ਕਿ ਸੁਨਾਮੀ ਆਉਣ ਵਾਲੀ ਆ ਨਹੀਂ ਪਤਾ ਲੱਗਾ ਵੀ ਹੁਣ ਪਰਲੋ ਆਉਣ ਵਾਲੀ ਆ ਇਹ ਤੇ ਐਵੇਂ ਇੱਕ ਅੰਦਾਜ਼ੇ ਨੇ ਇਹ ਕੋਈ ਕਲੀਅਰ ਨਹੀਂ ਗੱਲ ਹੁੰਦੀ ਮਾਰੇ ਕਹਿੰਦੇ ਨੇ ਕਿ ਅੰਤ ਨਾ ਜਾਪੈ ਕਿ ਆ ਮਨਮੰਤ ਉਹਦੇ ਮਨ ਵਿੱਚ ਕਿਹੜੀ ਸਲਾਹ ਵਾ ਇਹ ਬੰਦੇ ਨੂੰ ਪਤਾ ਹੀ ਨਹੀਂ ਲੱਗ ਸਕੇਗਾ ਕਬੀਰ ਸਾਹਿਬ ਦੀ ਮਹਾਰਾਜ ਨੇ ਬੜਾ ਕਲੀਅਰ ਆਖਿਆ ਉਹ ਆਂਦੇ ਨੇ ਰਾਜ ਆਸ਼ਰਮ ਮਿਤ ਨਹੀਂ ਜਾਣੀ ਤੇਰੀ ਰਾਜ ਆਸ਼ਰਮ ਕਹਿੰਦੇ ਨੇ ਵੱਡੇ ਰਾਜ ਵਾਲਾ ਆਪਣੀ ਰਾਜਧਾਨੀ ਵਿੱਚ ਬਹਿ ਕੇ ਤੂੰ ਲੋਕਾਂ ਬਾਰੇ ਕੀ ਸਲਾਹਾਂ ਕਰਦਾ ਕਿਸੇ ਨੂੰ ਪਤਾ ਹੀ ਨਹੀਂ ਤੇ ਕੀ ਕਰੀਏ ਤੇਰੇ ਸੰਤਨ ਕੀ ਹਾਂ ਚੇਰੀ ਜਿੱਥੇ ਸਾਧ ਸੰਗਤ ਗੁਰਮੁਖ ਲੋਕ ਬੈੰਦੇ ਨੇ ਨਾ ਮੈਂ ਤੇ ਉਥੇ ਜਾ ਕੇ ਬਾਵਾਂਗਾ ਕਿਉਂਕਿ ਉਥੇ ਇਹ ਗੱਲ ਦੱਸੀ ਜਾਂਦੀ ਆ ਕਿ ਆਉਣ ਵਾਲੇ ਸਮੇਂ ਦੀ ਗੱਲ ਲੱਭਣ ਨਾਲੋਂ ਚੰਗਾ ਵਾ ਵੀ ਉਹਦੀ ਰਜ਼ਾ ਵਿੱਚ ਰਾਜੀ ਹੋ ਜਾਓ ਮਨ ਵਿੱਚ ਇਹ ਗੱਲ ਆਵੇ ਵੀ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਮਾਰੇ ਕਹਿੰਦੇ ਨੇ ਉਹ ਤਾਂ ਲੱਭ ਨਹੀਂ ਸਕਦਾ ਕਿਵੇਂ ਅਗਲੀਆਂ ਪੰਕਤੀਆਂ ਵਿੱਚ ਕਬੀਰ ਸਾਹਿਬ ਨੇ ਆਖਿਆ ਹਸ ਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹਸੈ ਕੀ ਪਤਾ ਲੱਗਦਾ ਕਿਹਦੇ ਨਾਲ ਰੱਬ ਬਾਰੇ ਕੀ ਸਲਾਹ ਕਰਕੇ ਬੈਠਾ ਕਿਸ ਬਾਰੇ ਹੁਣੇ ਕਬੀਰ ਧਰਬ ਜੀ ਕਹਿੰਦੇ ਨੇ ਜਿਹੜੇ ਹੱਸਦੇ ਹੱਸਦੇ ਘਰੋਂ ਨਿਕਲੇ ਸੀ ਥੋੜੇ ਚਿਰ ਬਾਅਦ ਪਤਾ ਨਹੀਂ ਰਾਹ ਵਿੱਚ ਉਹਨਾਂ ਨਾਲ ਕੀ ਹੋ ਗਿਆ ਤੇ ਰੋਂਦੇ ਪਿੱਟਦੇ ਘਰ ਨੂੰ ਆ ਜਾਂਦੇ ਹਸ ਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹਸੈ ਜਿਹੜੇ ਰੋਂਦੇ ਹੋਏ ਪਰੇਸ਼ਾਨੀ ਵਿੱਚ ਘਰੋਂ ਨਿਕਲੇ ਨੇ ਵੀ ਸਾਡਾ ਕੰਮ ਵਿਗੜ ਚੱਲਿਆ ਕੰਮ ਵਿਗੜ ਚੱਲਿਆ ਜਾਂਦੇ ਹੀ ਮੇਰ ਕਿਰਪਾ ਹੋ ਜੇ ਉਹਨਾਂ ਦੇ ਕੰਮ ਬਣ ਜਾਣ ਜਿਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਘਰੋਂ ਗਏ ਸੀ ਉਹ ਹੱਸਦੇ ਹੋਏ ਵਾਪਸ ਆ ਜਾਂਦੇ ਰੋਂਦਿਆਂ ਨੂੰ ਹਸਾਦਣਾ ਹੈ ਹੱਸਦਿਆਂ ਨੂੰ ਰਜਾਦਣਾ ਹੈ ਬਸ ਤੋਂ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਬਸੈ ਜਿਹੜੇ ਵੱਸਦੇ ਨੇ ਆਪਣੇ ਘਰਾਂ ਵਿੱਚ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਗਲੇ ਪੈਰ ਸਾਡੇ ਨਾਲ ਕੀ ਹੋ ਜਾਣਾ ਮਾਰੇ ਕਹਿੰਦੇ ਨੇ ਇੱਕ ਪਲ ਲੱਗਦਾ ਵਸਦਿਆਂ ਹੋਿਆਂ ਨੂੰ ਉਜਾੜ ਦੇਣਾ ਹੈ ਤੇ ਉਜੜਿਆਂ ਹੋਿਆਂ ਨੂੰ ਤੂੰ ਵਸਾ ਦੇਣਾ ਵਾ ਇਥੇ ਕਿਸੇ ਨੂੰ ਵੀ ਨਹੀਂ ਪਤਾ ਪਈ ਅਗਲੇ ਪਲ ਮੇਰੇ ਨਾਲ ਕੀ ਹੋ ਜਾਣਾ ਸਾਬ ਜੀ ਕਹਿੰਦੇ ਨੇ ਅੰਤ ਨਾਂ ਜਾਪੈ ਕਿਆ ਮਨ ਮੰਤ ਨਹੀਂ ਪਤਾ ਲੱਗਦਾ ਤੇਰੇ ਮਨ ਦੀਆਂ ਗੱਲਾਂ ਦਾ ਪੰਤਨ ਜਾਪੇ ਪੀਤਾ ਆਕਾਰ ਇਹ ਜਿੱਡਾ ਵੱਡਾ ਆਕਾਰ ਤੁਸੀਂ ਰੱਜ ਦਿੱਤਾ ਹੈ ਇਸ ਬ੍ਰਹਿਮੰਡ ਦੇ ਵਿੱਚ ਜਦੋਂ ਸਪੇਸ ਵਿੱਚ ਸਾਡੇ ਸਾਇੰਟਿਸਟ ਜਾਂਦੇ ਨੇ ਉੱਥੇ ਸਾਡੀ ਧਰਤੀ ਤੇ ਕਿੰਨ ਤੱਕ ਵਰਗੀ ਲੱਗਦੀ ਹੈ ਇਹਦੇ ਤੋਂ ਕਈ ਗੁਣਾ ਵੱਡੇ ਹੋਰ ਆਕਾਰ ਉਹਨਾਂ ਆਕਾਰਾਂ ਤੋਂ ਅੱਗੇ ਤੋਂ ਅੱਗੇ ਧਰਤੀ ਹੋਰ ਪਰੇ ਹੋਰ ਹੋਰ ਪਰੇ ਤੋਂ ਪਰੇ ਪਤਾ ਨਹੀਂ ਕਿੰਨਾ ਕੁ ਕੁਝ ਬਣਾ ਦਿੱਤਾ ਇਹ ਮਨੁੱਖ ਦੀ ਸਮਝ ਵਿੱਚ ਕਦੀ ਨਹੀਂ ਆਵੇਗਾ ਅੰਤ ਨਾ ਜਪ ਪਾਰਵਾਰ ਕਿਉਂਕਿ ਤੂੰ ਕਿੱਥੋਂ ਸ਼ੁਰੂ ਹੋ ਨਾਵਾਂ ਤੇ ਕਿੱਥੇ ਜਾ ਕੇ ਤੇਰਾ ਅੰਤ ਹੁੰਦਾ ਇਹ ਤੇ ਕਿਸੇ ਨੂੰ ਪਤਾ ਹੀ ਨਹੀਂ ਪਾਰਵਾਰ ਦਾ ਮਤਲਬ ਹੁੰਦਾ ਉਰਲਾ ਪਾਸਾ ਤੇ ਪਰਲਾ ਪਾਸਾ ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਪਰਮਾਤਮਾ ਦੀ ਹਸਤੀ ਬਿਆਨ ਕਰਨ ਲੱਗੇ ਪਹਿਲੋਂ ਇੱਕ ਲਿਖਿਆ ਪੀ ਪਹਿਲੀ ਗੱਲ ਤੇ ਵੀ ਪ੍ਰਮਾਤਮਾ ਬਹੁਤੇ ਨਹੀਂ ਹੈਗੇ ਜਿੰਨੇ ਇਸ ਦੇਸ਼ ਵਿੱਚ ਬਣਾ ਕੇ ਬੈਠੇ ਪੀ ਉਹ ਵੀ ਰੱਬ ਤੇ ਉਹ ਵੀ ਰੱਬ ਪਹਿਲੀ ਤੇ ਇੱਥੇ ਗੱਲ ਕਲੀਅਰ ਹੋ ਗਈ ਅਗਲੇ ਪਾਸੇ ਉਹ ਓੰਕਾਰ ਹੈ ਭਾਵ ਕਿ ਉਹ ਪ੍ਰਕਾਸ਼ ਰੂਪ ਆ ਜਿਹੜਾ ਸਾਰਿਆਂ ਨੂੰ ਪਾਲ ਰਿਹਾ ਤੇ ਊੜੇ ਦਾ ਮੂੰਹ ਉੱਪਰੋਂ ਖੁੱਲਾ ਛੱਡ ਕੇ ਨਾ ਉੱਤੇ ਲੰਮੀ ਲਕੀਰ ਪਾਈ ਪੀ ਉਹਦੀ ਹਸਤੀ ਤੇ ਹੈਗੀ ਆ ਪਰ ਉਸ ਹਸਤੀ ਦਾ ਅੰਤ ਕੋਈ ਨਹੀਂ ਅਗਲਾ ਸਿਰਾ ਕੋਈ ਨਹੀਂ ਦੱਸ ਸਕਦਾ ਪੀ ਉਹ ਕਿੱਥੇ ਜਾ ਕੇ ਸਮਾਪਤ ਹੁੰਦਾ ਬਿਲਕੁਲ ਨਹੀਂ ਉਹਦਾ ਪਤਾ ਨਹੀਂ ਲੱਗਦਾ ਜੀ ਅੰਤਕਾਰਨ ਕੀਤੇ ਬਿਲ ਲਾਹੀ ਰੱਬ ਦਾ ਅੰਤ ਪਾਉਣ ਵਾਸਤੇ ਕਈ ਵਿਲਕਦੇ ਰਹੇ ਕਈਆਂ ਨੇ ਕੋਸ਼ਿਸ਼ਾਂ ਕੀਤੀਆਂ ਵੀ ਬੜੇ ਪੜ ਗਏ ਆ ਕਿਉਂਕਿ ਅੱਜ ਦੇ ਲੋਕ ਪੜੇ ਨੇ ਬਹੁਤ ਚੰਗੀ ਗੱਲ ਆ ਪਰ ਪਰਾਤਣ ਜਿਹੜੇ ਲੋਕ ਸੀ ਨਾ ઋષਿ ਮੁੰਨੀ ਜੋਗੀ ਉਹ ਵੀ ਬੜੇ ਪੜੇ ਹੋਏ ਸੀ ਉਹ ਜਿਹੜੀਆਂ ਜੋਗੀਆਂ ਨੇ ਗੱਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਵਾਲ ਪੁੱਛੇ ਉਹ ਅੱਜ ਦੇ ਲੋਕਾਂ ਦੇ ਕਦੀ ਦਿਮਾਗ ਵਿੱਚ ਵੀ ਨਹੀਂ ਆਉਂਦੇ ਜੋ ਕੋ ਜੋ ਪੁੱਛਦੇ ਆ ਬਾਰਨੀ ਦੇ ਵਿੱਚ ਮਾਰੇ ਕਹਿੰਦੇ ਏਡੇ ਏਡੇ ਪੜ੍ਹੇ ਲਿਖੇ ਲੋਕ ਜੋਰ ਲਾ ਲਾ ਕੇ ਥੱਕ ਗਏ ਨੇ ਪਰ ਰੱਬ ਦਾ ਅੰਤ ਨਹੀਂ ਪਾ ਸਕੇ ਤਾਂ ਕਿ ਅੰਤ ਨਾ ਪਾਈ ਜਾਹੀ ਜੇ ਬੰਦਾ ਹੀ ਰੱਬ ਦਾ ਅੰਤ ਲੱਭ ਲਵੇ ਤਾਂ ਫਿਰ ਬੰਦਾ ਮਹਾਨ ਹੋਇਆ ਫਿਰ ਰੱਬ ਕੀ ਹੋਇਆ ਇਸ ਕਰਕੇ ਕਿਸੇ ਦੀ ਸਮਝ ਵਿੱਚ ਨਹੀਂ ਆਉਂਦਾ ਇਹ ਅੰਤ ਨਾ ਜਾਣ ਕੋਈ ਇਸ ਕਰਤੇ ਪੁਰਖ ਦੀਆਂ ਵਡਿਆਈਆਂ ਉਹਦੀਆਂ ਦਾਤਾਂ ਉਹਨੇ ਕਿੱਥੇ ਕਿੱਥੇ ਕੀ ਕੁਝ ਬਣਾ ਦਿੱਤਾ ਹੈ ਇਸ ਗੱਲ ਨੂੰ ਕੋਈ ਸਮਝ ਨਹੀਂ ਸਕੇਗਾ ਜੀ ਬਹੁਤਾ ਕਹੀਆ ਬਹੁਤਾ ਹੋਏ ਹਾਂ ਗਰੀਬਨਵਾਦੀ ਕਹਿੰਦੇ ਨੇ ਜਿਹੜੇ ਉਹਨੂੰ ਬੇਅੰਤ ਬੇਅੰਤ ਕਹਿੰਦੇ ਆ ਕਿ ਉਹ ਬੇਅੰਤ ਹੈ ਉਹ ਬੇਅੰਤ ਹੈ ਉਹ ਤਾਂ ਹੀ ਕਹਿੰਦੇ ਨੇ ਕਿ ਰੱਬ ਦੀ ਮਰਜ਼ੀ ਆ ਹੁਣ ਭਾਵੇਂ ਆਪਣੇ ਆਕਾਰ ਨੂੰ ਇੱਕ ਪਲ ਵਿੱਚ ਜਿਵੇਂ ਮਦਾਰੀ ਵਾਲਾ ਮਦਾਰੀ ਖਲਣ ਆਉਂਦਾ ਤੇ ਝਟ ਖਲਾਰਾ ਪਾ ਦਿੰਦਾ ਤੇ ਜਦੋਂ ਉਹਨੇ ਖਲਾਰਾ ਸਮੇਟਣਾ ਸਭ ਕੁਝ ਝੋਲੇ ਚ ਪਾ ਕੇ ਤੇ ਲੈ ਕੇ ਆਉ ਜਾਂਦਾ ਮਾਰੇ ਕਹਿੰਦੇ ਨੇ ਇੱਕ ਪਲ ਵਿੱਚ ਉਹ ਬਹੁਤ ਵੱਡਾ ਹੋ ਜਾਂਦਾ ਇੱਕ ਪਲ ਵਿੱਚ ਉਹ ਸਭ ਕੁਝ ਸੰਕੋਚ ਲੈਂਦਾ ਉਹਨੂੰ ਬੇਅੰਤ ਬੇਅੰਤੀ ਕਹਿਣਾ ਚਾਹੀਦਾ ਹੈ ਜੀ ਵੱਡਾ ਸਾਹਿਬ ਉੱਚਾਤਾ ਉਹ ਸਭ ਤੋਂ ਵੱਡਾ ਹੈ ਤੇ ਉਹਦਾ ਆਸਣ ਸਭ ਤੋਂ ਉੱਚਾ ਹੈ ਹੁਣ ਇੱਥੇ ਉੱਚੇ ਦੀ ਜਿਹੜੀ ਵਿਚਾਰਿਆ ਉਹ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੋਂ ਸਮਝਾ ਦਿੱਤੀ ਸੀ ਕੱਲ ਵੀ ਅਸੀਂ ਵਿਚਾਰ ਕੀਤੀ ਸੀ ਪਾ ਤਾਲਾਂ ਪਾ ਤਾਲ ਲਖ ਆਗਾਸਾਂ ਆਗਾਸ ਮਾਰੇ ਨੇ ਆਖਿਆ ਸੀ ਉਹਨਾਂ ਨੂੰ ਪੀਰ ਦਸਤਗੀਰ ਨੂੰ ਕਿ ਤੁਹਾਡੇ ਮੁਹੰਮਦ ਸਾਹਿਬ ਨੂੰ ਇੰਨੀ ਕੁ ਸੋਝੀ ਮਿਲੀ ਕਿ ਸੱਤ ਪਤਾਲ ਤੇ ਸੱਤ ਆਕਾਸ਼ ਨੇ ਮਾਰੇ ਕਹਿੰਦੇ ਨੇ ਮੈਨੂੰ ਲੱਖਾਂ ਕਰੋੜਾਂ ਦਿਸ ਰਹੇ ਨੇ ਤੇ ਮੈਂ ਤਾਂ ਬਿਆਨ ਕੀਤੇ ਨੇ ਤੇ ਆਹ ਤੁਹਾਨੂੰ ਮੈਂ ਵਖਾਲ ਦਿੰਨਾ ਫਿਰ ਵਖਾਲ ਦਿੱਤੇ ਪਰ ਇੰਨਾ ਕੁਝ ਵਖਾਲਣ ਦੇ ਬਾਵਜੂਦ ਵੀ ਮਾਰੇ ਨੇ ਆਖਿਆ ਸੀ ਵੀ ਇੱਕ ਗੱਲ ਹੋਰ ਤੁਹਾਡੀ ਗਲਤ ਵਾ ਜਿਹੜਾ ਤੁਸੀਂ ਆਖਿਆ ਨਾ ਵੀ ਸੱਤ ਆਕਾਸ਼ ਨੇ ਤੇ ਪ੍ਰਮਾਤਮਾ ਸਤਵੇਂ ਆਕਾਸ਼ ਤੇ ਰਹਿੰਦਾ ਮੈਂ ਕਹਿੰਦੇ ਬਿਲਕੁਲ ਗਲਤ ਗੱਲ ਆ ਉਹ ਸਤਵੇਂ ਆਕਾਸ਼ ਤੇ ਰਹਿੰਦਾ ਹੋਵੇ ਤਾਂ ਥੱਲੇ ਬੰਦਾ ਅਰਦਾਸ ਕਰੇ ਤੇ ਬੰਦਾ ਕਿਦਾਂ ਸਤਵੇਂ ਆਕਾਸ਼ ਤੱਕ ਆਵਾਜ਼ ਪਹੁੰਚਾਵੇ ਤੇ ਖੁਦਾ ਤੱਕ ਆਵਾਜ਼ ਜਾਵੇ ਉਹ ਇਦਾਂ ਨਹੀਂ ਉਹਦੀ ਉਚਾਈ ਦਾ ਮਤਲਬ ਇਹ ਨਹੀਂ ਪਿਓ 10ਵੀਂ ਮੰਜ਼ਲ ਜਿੰਨਾ ਉੱਚਾ ਵਾ ਉਹ 100 ਮੰਜ਼ਲ ਤੇ ਉੱਚਾ ਜਾਂ 500 ਮੰਜ਼ਲ ਤੋਂ ਨਹੀਂ ਜੋ ਬਚਨ ਹੈ ਨਾ ਗਰੀਬਨਵਾਦੀ ਅੱਜ ਆਖਿਆ ਕਿ ਵੱਡਾ ਸਾਹਿਬ ਉੱਚਾ ਥਾਂ ਉਹਦਾ ਉੱਚਾ ਥਾਂ ਕੀ ਆ ਨੀਚ ਕਰਮਾਂ ਵਾਲੇ ਬੰਦੇ ਉਹਦੀ ਬਰਾਬਰੀ ਨਹੀਂ ਕਰ ਸਕਦੇ ਜਿਨ੍ਹਾਂ ਜਿਹੜੇ ਬੰਦੇ ਕਰਮਾਂ ਕਰਕੇ ਨੀਚ ਨੇ ਉਹ ਨੀਵੇਂ ਨੇ ਤੇ ਉਹ ਉੱਚਾ ਵਾ ਉਹਦੇ ਉੱਚੇ ਤੱਕ ਕਿਵੇਂ ਪਹੁੰਚਣਾ ਉੱਚੇ ਸੁੱਚੇ ਪਵਿੱਤਰ ਕਰਮ ਕਰਨੇ ਪੈਣਗੇ ਜਿਨ੍ਹਾਂ ਦੇ ਕਰਮ ਪਵਿੱਤਰ ਨੇ ਮਨ ਬਿਰਤੀਆਂ ਜਿਨ੍ਹਾਂ ਦੀਆਂ ਬੜੀਆਂ ਪਵਿੱਤਰ ਨੇ ਉਹ ਉੱਚੇ ਤੱਕ ਪਹੁੰਚ ਕਰ ਲੈਂਦੇ ਨੇ ਮਾੜੇ ਕਰਮਾਂ ਵਾਲੇ ਮਾੜੀ ਨੀਤ ਵਾਲੇ ਬੰਦੇ ਜਿਹੜੇ ਨੇ ਨਾ ਉਹ ਥੱਲੇ ਥੱਲੇ ਤੁਰੇ ਫਿਰਦੇ ਨੇ ਉਦੇ ਤੱਕ ਉਹ ਪਹੁੰਚ ਨਹੀਂ ਸਕਦੇ ਹੈ ਉਹ ਸਾਰਿਆਂ ਦੇ ਅੰਦਰ ਵੜ ਕੇ ਬੈਠਾ ਹੋਇਆ ਕੱਲੀ ਕੱਲੇ ਜੀ ਦੇ ਉਹ ਅੰਦਰ ਆ ਪਰਮਾਰੇ ਕਹਿੰਦੇ ਨੇ ਅੰਦਰ ਹੁੰਦਿਆਂ ਹੋਇਆਂ ਵੀ ਨੀਵੇਂ ਕਰਮ ਜਿਹੜੇ ਕਰਦੇ ਨੇ ਨਾ ਉਹ ਪ੍ਰਮਾਤਮਾ ਤੱਕ ਪਹੁੰਚ ਨਹੀਂ ਸਕਦੇ ਉਹ ਬੜਾ ਪਵਿੱਤਰ ਹੈ ਊਚੇ ਉਪਰ ਊਚਾ ਨਾ ਫਿਰ ਨੀਚ ਕਰਮਾਂ ਵਾਲੇ ਕਿੱਦਾਂ ਬਖਸ਼ੇ ਜਾਣ ਮਾਰੇ ਕਹਿੰਦੇ ਨੇ ਉਹਦਾ ਨਾਮ ਜਪੋ ਉਹ ਆਪ ਵੱਡਾ ਹੈ ਉਹਦਾ ਨਾਮ ਸਭ ਉੱਚਿਆਂ ਤੋਂ ਉੱਚਾ ਹੈ ਨਾਮ ਨੂੰ ਛੱਡ ਕੇ ਜੇ ਉੱਚੇ ਹੋਣ ਵਾਸਤੇ ਜੇ ਕਿਸੇ ਨੇ ਹੋਰ ਕੋਈ ਸਾਧਨ ਵਰਤਿਆ ਤੇ ਉਹ ਸਾਰੇ ਸਾਧਨ ਫੇਲ ਹੋ ਜਾਣਗੇ ਜਿਹੜੇ ਅਸੀਂ ਸਾਡੇ ਜਪਜੀ ਸਾਹਿਬ ਵਿੱਚ ਸੁਣਦੇ ਆਏ ਆਂ ਤੀਰਥਾਂ ਦੇ ਇਸ਼ਨਾਨ ਸਰੀਰ ਨੂੰ ਕਸ਼ਟ ਦੇ ਦੇ ਕੇ ਤਪ ਕਰਨੇ দান ਕਰਨਾ ਹੋਰ ਧਰਤੀ ਦੇ ਭ੍ਰਮਣ ਕਰਨੇ ਕਈ ਤਰ੍ਹਾਂ ਦੇ ਬਾਹਰੀ ਸਾਧਨ ਅੱਜ ਵੀ ਲੋਕੀ ਕਰ ਰਹੇ ਨੇ ਮਾਰੇ ਕਹਿੰਦੇ ਨੇ ਸਾਧਨ ਬੜੇ ਨੀਵੇਂ ਨੇ ਬਹੁਤ ਨੀਵੇਂ ਨੇ ਪਰਮਾਤਮਾ ਬਹੁਤ ਉੱਚਾ ਹੈ ਬਹੁਤ ਉੱਚਾ ਹੈ ਤੇ ਜੇ ਉਹਦੇ ਤੱਕ ਪਹੁੰਚਣਾ ਤੇ ਕੀ ਕਰੀਏ ਉੱਚੇ ਉਪਰ ਉੱਚਾ ਨਾਮ ਉਹਦਾ ਨਾਮ ਹੀ ਉੱਚਿਆਂ ਤੋਂ ਉੱਚਾ ਸਾਧਨ ਵਾ ਜਿਹੜਾ ਨਾਮ ਜਪੇਗਾ ਉਹ ਪਰਮਾਤਮਾ ਤੱਕ ਪਹੁੰਚ ਜਾਵੇਗਾ ਏਵਡ ਉੱਚਾ ਹੋਵੇ ਕੋਈ ਕਿਉਂਕਿ ਦੇਖੋ ਆਖੇ ਵੀ ਐਸ ਕੰਮ ਕਰਨ ਦੇ ਨਾਲ ਪਰਮਾਤਮਾ ਤੱਕ ਪਹੁੰਚ ਜਾਈਦਾ ਨਾਮ ਨੂੰ ਛੱਡ ਕੇ ਸੰਗਤ ਨੂੰ ਛੱਡ ਕੇ ਹੋਰ ਕਰਮ ਇਹ ਤੇ ਬਿਲਕੁਲ ਗਲਤੀ ਆ ਕਿਉਂਕਿ ਕੋਈ ਰੱਬ ਜਿਹੜਾ ਹੋਵੇ ਤੇ ਰੱਬ ਤੱਕ ਪਹੁੰਚਣ ਦੀਆਂ ਕੋ ਗੱਲਾਂ ਦੱਸ ਸਕੇ ਫਿਰ ਉੱਚੇ ਕੋ ਜਾਣ ਸੋਏ ਕੋਈ ਪਰਮਾਤਮਾ ਜਿਹੜਾ ਹੋਵੇ ਤੇ ਫਿਰ ਕੋਈ ਪਰਮਾਤਮਾ ਨੂੰ ਜਾਣੇ ਤੇ ਪਰਮਾਤਮਾ ਵਰਗੇ ਹੋਣਾ ਕੀ ਆ ਉਹਦੀ ਰਜਾ ਵਿੱਚ ਆ ਜਾਣਾ ਉਹਦੇ ਗੱਲਾਂ ਨੂੰ ਮੰਨ ਕੇ ਉਹਨਾਂ ਨੂੰ ਨਿਜਮਾ ਨੂੰ ਆਪਣੇ ਤੇ ਲਾਗੂ ਕਰ ਲੈਣਾ ਜਿਨ੍ਹਾਂ ਜਿਨ੍ਹਾਂ ਨੇ ਉਹਦੇ ਨਿਯਮ ਆਪਣੇ ਤੇ ਲਾਗੂ ਕਰ ਲਏ ਨੇ ਸੱਚ ਵਾਲੇ ਪਾਸੇ ਤੁਰ ਪਏ ਨੇ ਉਹ ਉਹਦੇ ਤੱਕ ਪਹੁੰਚ ਜਾਣਗੇ ਜੀਵਣ ਆਪ ਜਾਣ ਆਪ ਉਹ ਕਿੰਨਾ ਵੱਡਾ ਹੈ ਮਾਰੇ ਕਹਿੰਦੇ ਨੇ ਕੋਈ ਨਹੀਂ ਜਾਣ ਸਕਦਾ ਉਹ ਆਪ ਹੀ ਜਾਣਦਾ ਕਿਓ ਕਿੱਡਾ ਵੱਡਾ ਉਹਦੇ ਖਲਾਰੇ ਦਾ ਕੋਈ ਅੰਤ ਨਹੀਂ ਪਾ ਸਕਦਾ ਨਾਨਕ ਨਦਰਿ ਕਰਮੀ ਦਾਤ ਕੋਈ ਵੀ ਬੰਦਾ ਆਪਣੇ ਤੱਕ ਨਹੀਂ ਪਹੁੰਚ ਸਕਦਾ ਨਾਨਕ ਨਦਰਿ ਕਰਮੀ ਦਾਤ ਇਹ ਜਿਹੜੀ ਉਹਦੇ ਤੱਕ ਪਹੁੰਚਣ ਵਾਲੀ ਦਾਤ ਆ ਨਾ ਉਹਦੀ ਮਿਹਰ ਦੀ ਨਿਗਾਹ ਹੋਊਗੀ ਤੇ ਫਿਰ ਕਿਸੇ ਨੂੰ ਇਹ ਗੁਣ ਮਿਲਦਾ ਕਹਿਣ ਦਾ ਭਾਵ ਉਹਦੇ ਬਣਾਏ ਹੋਏ ਨਿਜਮ ਨੂੰ ਛੱਡ ਕੇ ਕੋਈ ਆਪਣੀ ਚਲਾਕੀ ਨਾਲ ਕੋਈ ਤੁਰਨ ਦਾ ਯਤਨ ਕਰੇਗਾ ਤੇ ਨਹੀਂ ਪਹੁੰਚ ਸਕੇਗਾ ਜਿਹੜੇ ਉਹਦੇ ਭਾਣੇ ਵਿੱਚ ਸਾਰੇ ਕਨਵਾਉਣਾ ਪਏਗਾ ਉਹਦੇ ਨਿਜਮ ਨੂੰ ਹਰ ਇੱਕ ਨੂੰ ਮੰਨਣਾ ਪਊ ਜਿਨ ਜਿਨ ਨਹੀਂ ਮੰਨਿਆ ਉਹ ਬੰਦੇ ਰੁਲ ਗਏ ਨੇ ਤੇ ਜਿਨ੍ਹਾਂ ਜਿਨ੍ਹਾਂ ਨੇ ਮੰਨਿਆ ਹੈ ਉਹ ਉਹਦੇ ਜੱਡੇ ਹੋ ਗਏ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਥਾਂ ਤੇ ਸਲਾਇਆ ਗਿਆ ਜਦੋਂ ਆਖਿਆ ਪਰਮਾਤਮਾ ਦਾ ਸਰੀਰ ਕੋਈ ਨਹੀਂ ਤੇ ਦੂਜੇ ਪਾਸੇ ਆਖਿਆ ਵੀ ਆਓ ਤੁਹਾਨੂੰ ਦੱਸੀਏ ਵੀ ਪਰਮਾਤਮਾ ਕਿੱਦਾਂ ਦਾ ਹੈ ਮਾਰੇ ਕਹਿੰਦੇ ਨੇ ਸੰਤ ਤੁਜੀ ਤਨ ਸੰਗਤ ਪ੍ਰਾਣ ਏ ਕਰਤਾ ਪੁਰਖ ਜੀ ਜਿਹੜੇ ਸੰਤ ਮਾਂ ਪੁਰਖ ਜਿਹੜੇ ਸਿਰ ਤੋਂ ਲੈ ਕੇ ਪੈਰਾਂ ਤੱਕ ਸੱਚ ਦਾ ਸਰੂਪ ਹੋ ਗਏ ਨੇ ਨਾ ਉਹ ਸੰਤ ਹੀ ਤੇਰਾ ਸਰੀਰ ਨੇ ਕਿਉਂਕਿ ਤੂੰ ਸੰਤਾਂ ਵਰਗਾ ਹੈ ਤੂੰ ਉਹਨਾਂ ਗੁਰਮਖਾਂ ਵਰਗਾ ਜਿਹੜੇ ਕਦੀ ਵੀ ਗਲਤੀ ਨਹੀਂ ਕਰਦੇ ਜਿਨ੍ਹਾਂ ਦੇ ਅੰਦਰ ਤਿਲ ਮਾਤਰ ਵੀ ਲਾਲਚ ਨਹੀਂ ਹੈਗਾ ਜਿਹੜੇ ਲਾਲਚ ਵਿੱਚ ਆ ਕੇ ਪੁੱਠਾ ਸਿੱਧਾ ਉਪਦੇਸ਼ ਨਹੀਂ ਦਿੰਦੇ ਸੱਚ ਬੋਲਦੇ ਨੇ ਸੱਚ ਦੀ ਗੱਲ ਕਰਦੇ ਨੇ ਉਹ ਤੇਰਾ ਸਰੀਰ ਨੇ ਮਾਰੇ ਕਹਿੰਦੇ ਨੇ ਇਸ ਤਰ੍ਹਾਂ ਕਰਤੇ ਪੁਰਖ ਤੱਕ ਪਹੁੰਚਿਆ ਜਾਵੇਗਾ ਬਹੁਤਾ ਕਰਮ ਲਿਖਿਆ ਨਾ ਜਾਏ ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ ਉਹਦੀ ਬਹੁਤ ਵੱਡੀ ਬਖਸ਼ਿਸ਼ ਸਾਡੇ ਉੱਤੇ ਹੋ ਰਹੀ ਹੈ ਕੋਈ ਜਾਣੇ ਜਾਂ ਨਾ ਜਾਣੇ ਉਹਦੇ ਤੇ ਗੋਣ ਹੀ ਨਹੀਂ ਲਿਖ ਸਕਦੇ ਮਹਾਰਾਜ ਕਹਿੰਦੇ ਨਾਮ ਜਪਣਾ ਤੇ ਇੱਕ ਪਾਸੇ ਆ ਸਵੇਰ ਤੋਂ ਤੁਰ ਪਿਓ ਕਾਗਜ਼ ਕਲਮ ਲੈ ਕੇ ਦੋ ਗੱਲਾਂ ਨੇ ਇੱਕ ਮਾਲਵੇ ਦੇ ਕੁਝ ਚੌਧਰੀ ਇਕੱਠੇ ਹੋ ਕੇ ਨਾ ਭਾਈਪੁਰਿਆ ਗੁਰੂ ਅਰਜਨ ਦੇਵ ਜੀ ਦੇ ਕਥਾਵਾਚਕ ਸੀ ਤੇ ਭਾਈਪੁਰਿਆ ਜੀ ਦੇ ਕੋਲੋਂ ਕਥਾ ਸੁਣ ਕੇ ਤੇ ਉਹ ਪ੍ਰਭਾਵਿਤ ਹੋਏ ਤੇ ਉਹ ਕਹਿੰਦੇ ਸਾਨੂੰ ਵੀ ਸਤਗੁਰਾਂ ਦੇ ਕੋਲ ਲੈ ਚੱਲੋ ਲੈ ਗਏ ਉਹਨਾਂ ਨੂੰ ਜਦੋਂ ਵਿਚਾਰ ਸੁਣੀ ਕਹਿੰਦੇ ਮਹਾਰਾਜ ਜੀ ਸਾਨੂੰ ਸਿੱਖੀ ਬਖਸ਼ੋ ਉਹਨਾਂ ਨੂੰ ਅਮਰ ਸ਼ਿਕਾਇਆ ਗੁਰੂ ਅਰਜਨ ਦੇਵ ਜੀ ਨੇ ਚਰਨਾਂ ਦਾ ਸਿੱਖ ਬਣ ਗਏ ਤੇ ਮਹੀਨੇ ਬਾਅਦ ਫੇਰ ਆਏ ਭਾਈ ਪੁਰੀਆ ਜਿਹਨੂੰ ਕਹਿੰਦੇ ਨੇ ਪਿੰਡਾਂ ਦੇ ਚੌਧਰੀ ਸੀ ਕਿ ਸਾਨੂੰ ਮਹਾਰਾਜ ਕੋਲ ਲੈ ਕੇ ਚੱਲੋ ਆਹਦੇ ਚੱਲੋ ਮਹੀਨੇ ਬਾਅਦ ਫੇਰ ਆਏ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਹੱਥ ਜੋੜ ਕੇ ਏਦਾਂ ਸੰਗਤ ਬੈਠੀ ਸੀ ਤੁਹਾਡੇ ਵਾਂਗ ਮਹਾਰਾਜ ਨੂੰ ਕਹਿੰਦੇ ਆ ਜੀ ਇੱਕ ਮਹੀਨਾ ਹੋ ਗਿਆ ਬਾਣੀ ਪੜ੍ਹਦਿਆਂ ਨੂੰ ਇੱਕ ਮਹੀਨਾ ਹੋ ਗਿਆ ਸੰਗਤ ਕਰਦਿਆਂ ਜੋ ਤੁਸੀਂ ਕਿਹਾ ਸੀ ਵੀ ਇਹ ਨਿਜਮ ਨਿਭਾਓ ਅਸੀਂ ਨਿਭਾ ਰਹੇ ਹਾਂ ਪਰ ਸਾਡੇ ਮਨ ਤੇ ਤਾਂ ਕੋਈ ਫਰਕ ਹੀ ਨਹੀਂ ਪਿਆ ਜਿੱਦਾਂ ਦੇ ਪਹਿਲਾਂ ਸੀ ਮਨ ਬਿਰਤੀਆਂ ਖਿੰਡੀਆਂ ਹੋਈਆਂ ਪਰੇਸ਼ਾਨੀਆਂ ਉਹ ਸਭ ਕੁਝ ਜਿਉਂ ਦਾ ਤਿਉਂ ਹੀ ਆ ਹਰਕਤੇ ਪਿਆ ਹੀ ਨਹੀਂ ਮਹਾਰਾਜ ਖਸ ਕੇ ਕਹਿੰਦੇ ਨੇ ਬਾਣੀ ਵਿੱਚ ਨੁਕਸਵਾ ਕੇ ਮੇਰੇ ਵਿੱਚ ਨੁਕਸਵਾ ਕਿਉਂਕਿ ਫਿਰ ਉਹ ਤੇ ਇਹ ਤੇ ਸਿੱਧੀ ਗੁਰੂ ਤੇ ਹੀ ਆ ਗਈ ਨਾ ਗੱਲ ਵੀ ਤੁਸੀਂ ਜੋ ਕਹਿੰਦੇ ਸੀ ਵੀ ਤੁਸੀਂ ਗੁਰਮੁਖ ਸਾਧ ਬਣ ਜਾਓਗੇ ਨੇਕ ਇਨਸਾਨ ਬਣ ਜਾਓਗੇ ਬਣੇ ਤਾਂ ਅਸੀਂ ਹੈ ਹੀ ਨਹੀਂ ਮਹਾਰਾਜ ਕਹਿੰਦੇ ਮੇਰੇ ਵਿੱਚ ਨੁਕਸਵਾ ਕੇ ਬਾਣੀ ਵਿੱਚ ਨੁਕਸਵਾ ਫਿਰ ਉਹ ਚੁੱਪ ਕਰ ਗਏ ਇੰਨੀ ਗੱਲ ਕੋਈ ਕਹਿ ਨਹੀਂ ਸਕਦਾ ਗਰੀਬਨਵਾਦੀ ਕਹਿੰਦੇ ਨੇ ਜਿੱਦਾਂ ਬਾਣੀ ਵਿੱਚ ਆਉਂਦਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਤੂੰ ਕਿਹੜੀ ਗੱਲਾਂ ਕਾਲੀ ਆ ਤੋ ਫਿਰ ਉਹਨੇ ਬੋਲ ਕੇ ਆਖਿਆ ਆਪਣੇ ਪ੍ਰੀਤਮ ਕੇ ਹਾਂ ਬਿਰਹੋਂ ਜਾਲੀ ਵਿਛੜੀ ਹੋਈਆਂ ਆਪਣੇ ਮਾਲਕ ਨਾਲ ਉਸ ਵਿਛੋੜੇ ਨੇ ਸਾੜ ਛੋਟਿਆ ਮੇਰਾ ਰੰਗ ਕਾਲਾ ਹੋ ਗਿਆ ਮਾਲਕ ਚ ਕੋਈ ਨੁਕਸ ਨਹੀਂ ਮੇਰੇ ਵਿੱਚ ਹੀ ਨੁਕਸ ਹੈ ਹੁਣ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਆਖਿਆ ਭਾਈ ਕੀ ਕਰਦੇ ਹੋ ਕਹਿੰਦੇ ਜੀ ਬਹੁਤ ਚੰਗੇ ਕਰਮ ਕਰਦੇ ਆਂ ਮਹਾਰਾਜ ਕਹਿੰਦੇ ਕੋਈ ਝੂਠ ਕੋਈ ਠੱਗੀ ਠੋਰੀ ਇਹੋ ਜੇ ਕੰਮ ਤਾਂ ਨਹੀਂ ਕਰਦੇ ਆਂਦੇ ਨਹੀਂ ਜੀ ਮਹਾਰਾਜ ਜੀ ਕਹਿੰਦੇ ਨੇ ਫਿਰ ਇਦਾਂ ਕਰੋ ਇੱਕ ਇੱਕ ਕਾਪੀ ਕਾਗਜ਼ ਤੇ ਇੱਕ ਇੱਕ ਕਲਮ ਆਪਣੀ ਜੇਬ ਵਿੱਚ ਤੁਸੀਂ ਸਵੇਰ ਤੋਂ ਪਾ ਲੈਣਾ ਅੱਜ ਤੁਸੀਂ ਆਪਣੇ ਪਿੰਡਾਂ ਨੂੰ ਚਲੇ ਜਾਣਾ ਤੇ ਸਵੇਰ ਤੋਂ ਲੈ ਕੇ ਤੇ ਤੁਸੀਂ ਜਿੰਨੇ ਜਾਣੇ ਜੇ ਨਾ ਜੋ ਕੀਤਾ ਕਾਗਜ਼ ਦੇ ਉੱਤੇ ਲਿਖੀ ਜਾਇਓ ਤੇ ਜਿੰਨੇ ਕਾਗਜ਼ ਭਰ ਜਾਣ ਮਹੀਨੇ ਬਾਅਦ ਆਇਓ ਲੈ ਕੇ ਉਹਨਾਂ ਕਾਗਜ਼ਾਂ ਨੂੰ ਇੱਥੇ ਪੜ੍ਹ ਕੇ ਸੁਣਾਇਆ ਜਾਏਗਾ ਵੀ ਤੁਸੀਂ ਚੰਗੇ ਕਰਮ ਕਿੰਨੇ ਕੀਤੇ ਤੇ ਮਾੜੇ ਕਿੰਨੇ ਕੀਤੇ ਪਤਾ ਲੱਗ ਜਾਏਗਾ ਵੀ ਬਾਣੀ ਤੁਹਾਡੇ ਤੇ ਅਸਰ ਕਿਉਂ ਨਹੀਂ ਕਰਦੀ ਉਹ ਕਹਿੰਦੇ ਜੀ ਇਹ ਕਿਹੜੀ ਗੱਲ ਆ ਅਸੀਂ ਲਿਖ ਦੇਾਂਗੇ ਮਾਰੇ ਕਹਿੰਦੇ ਜਾਓ ਫਿਰ ਮਹੀਨੇ ਬਾਅਦ ਮਹੀਨੇ ਤੋਂ ਪਹਿਲਾਂ ਮਾਰੇ ਕਹਿੰਦੇ ਮੇਰੀ ਗਾਰੰਟੀ ਆ ਵੀ ਤੁਹਾਡਾ ਮਸਲਾ ਹੱਲ ਹੋ ਜਾਊਗਾ ਮਹੀਨਾ ਤੇ ਬੜੀ ਵੱਡੀ ਗੱਲ ਹੈ ਹੁਣ ਗੁਰੂ ਕੀ ਗੱਲ ਪੜ੍ਹ ਲੈਣੀ ਸੁਣ ਲੈਣੀ ਗੱਲ ਵੱਖਰੀ ਆ ਹੁਣ ਮਨ ਦਾ ਕੌਣ ਆ ਗੱਲ ਤੇ ਇੱਥੇ ਆ ਹੁਣ ਉਹ ਲੈ ਕੇ ਕਰਾਂ ਚੋ ਇੱਕ ਕਾਗਜ਼ ਰੱਖ ਲੈ ਇੱਕ ਕਲਮ ਰੱਖ ਲਈ ਚੌਧਰੀ ਸੀ ਉਦੋਂ ਸਰਪੰਚ ਨਹੀਂ ਸੀ ਹੁੰਦੇ ਮੇਅਰ ਨਹੀਂ ਸੀ ਉਹ ਚੌਧਰੀ ਹੁੰਦੇ ਸੀ ਇਲਾਕਿਆਂ ਦੇ ਕਲਮ ਰੱਖ ਲਈ ਘਰੋਂ ਨਿਕਲੇ ਬਾਹਰ ਕਿਸੇ ਨੇ ਫੈਸਲਾ ਕਰਨ ਵੱਲੋਂ ਆਖਿਆ ਕਿਸੇ ਨੂੰ ਕੁਝ ਝੂਠ ਬੋਲਤਾ ਕਿਸੇ ਨੂੰ ਕੁਝ ਕਹਿਤਾ ਕਿਸੇ ਨੂੰ ਕੁਝ ਕਹਿਤਾ ਪਰ ਜੋ ਜੋ ਕਿਹਾ ਉਹ ਲਿਖਿਆ ਕਿੱਥੇ ਠੱਗੀ ਮਾਰੀ ਕਿਥੋਂ ਰਿਸ਼ਵਤ ਲਈ ਕਿੱਥੇ ਪਰਾਇਆ ਹੱਕ ਖਾਦਾ ਕਿੱਥੇ ਝੂਠ ਬੋਲਿਆ ਕਿਹਦੇ ਨਾਲ ਈਰਖਾ ਕੀਤੀ ਤੇ ਕਿੰਨਾ ਚੰਗੇ ਕਰਮ ਕੀਤੇ ਉਹ ਵੀ ਲਿਖੇ ਦਿਨ ਜਦੋਂ 3-4 ਨੰਗੇ ਤੇ ਸਾਰੇ ਚੌਧਰੀ ਸ਼ਾਮਾ ਨੂੰ ਉਹ ਸਾਰੇ ਕਾगज ਫੜ ਕੇ ਤੇ ਆਪਣੇ ਘਰ ਵੇਖਣ ਲੱਗ ਪਏ ਵੀ ਇਹਨਾਂ ਕਾਗਜ਼ਾਂ 'ਚ ਲਿਖਿਆ ਕੀ ਆ ਵੇਖੀਏ ਤਾਂ ਸਹੀ ਉਹਨਾਂ ਵਿੱਚ ਸਾਰਾ ਦਿਨ ਦਾ ਝੂਠ ਈਰਖਾ ਠੱਗੀ ਵਲ ਭਰੇਬ ਤੇ ਕਿਤੇ ਕਿਤੇ ਕੋਈ ਚੰਗਾ ਕਰਮ ਤੇ ਚਾਰ-ਚਾਰ ਦਿਨ ਦਾ ਹਿਸਾਬ ਲਿਖ ਕੇ ਨਾ ਤੇ ਥੱਕ ਗਏ ਤੇ ਮੁੜ ਕੇ ਪੰਜਵੇਂ ਸੱਤਵੇਂ ਦਿਨ ਇੱਕ ਦੂਜੇ ਨੂੰ ਮਿਲੇ ਇੱਕ ਦੂਜੇ ਨੂੰ ਪੁੱਛਦੇ ਆ ਕੀ ਹਾਲ ਆ ਉਹਨਾਂ ਦਾ ਕੋਈ ਹਾਲ ਨਹੀਂ ਆ ਮੇਰੇ ਤੇ ਕਾਗਜ਼ ਹੀ ਠੱਗੀ ਠੋਰੀ ਤੇ ਝੂਠ ਨਾ ਭਰੇ ਹੋਏ ਮੈਂ ਤੇ ਜਦੋਂ ਰਾਜੀ ਨਾਮੇ ਕਰਾਉਣ ਜਾਣਾ ਤੇ ਕਿਸੇ ਦਾ ਕੁਝ ਕਰ ਦਨਾ ਤੇ ਕਿਸੇ ਦਾ ਕੁਝ ਕਰ ਦਨਾ ਆ ਕੀ ਹੁੰਦਾ ਥਾਣਿਆਂ ਕਚੈਰੀਆਂ ਦੇ ਵਿੱਚ ਲੋਕਾਂ ਦੀ ਗੱਲ ਨਿਬੜਦੀ ਕਿਉਂ ਨਹੀਂ ਨਿਬੜਨ ਵਾਲੇ ਨਹੀਂ ਨਿਬੜ ਦਿੰਦੇ ਫਿਰ ਕਹਿਣਗੇ ਅਸੀਂ ਚੰਗੇ ਪੜੇ ਆ ਜਦੋਂ ਫਿਰ ਉਹ ਚੰਗੇ ਲੋਕ ਸੀ ਉਹਨਾਂ ਕਹਾਂ ਛੱਡੋ ਪਰਾਂ ਜੇ ਲਿਖਣ ਲੱਗ ਪਏ ਤੇ ਅਸੀਂ ਤੇ ਗਲਤੀਆਂ ਲੇਖ ਹੀ ਨਹੀਂ ਸਕਦੇ ਅਸੀਂ ਕਿੰਨੀਆਂ ਕ ਕਰਦੇ ਆ ਫਿਰ ਮਹੀਨੇ ਬਾਅਦ ਨਹੀਂ ਆਏ ਚੌਥੇ ਪੰਜਵੇਂ ਦੇਣੀ ਮਹਾਰਾਜ ਦੇ ਚਰਨਾਂ 'ਚ ਆਏ ਉਹ ਝੂਠ ਦੇ ਕਾਗਜ਼ ਲਿਖੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਰੱਖ ਕੇ ਆਖਿਆ ਮਹਾਰਾਜ ਜੀ ਨਾ ਗੁਰੂ ਜੀ ਕਸੂਰ ਆ ਨਾ ਬਾਣੀ ਚ ਕਸੂਰ ਆ ਮੰਨਣ ਵਾਲਿਆਂ ਚ ਕਸੂਰ ਆ ਜੋ ਤੁਸੀਂ ਕਹਿੰਦੇ ਹੋ ਉਹ ਅਸੀਂ ਮੰਨਦੇ ਹੀ ਨਹੀਂ ਅਸੀਂ ਤਾਂ ਬੋਲਦੇ ਹੀ ਝੂਠ ਆ ਕਹਿੰਦੇ ਅਸੀਂ ਕੁਝ ਹੋ ਰਹਿਆਂ ਤੇ ਕਰਦੇ ਅਸੀਂ ਕੁਝ ਹੋ ਰਹਿਆਂ ਤੇ ਫਿਰ ਸਾਡਾ ਫਰਕ ਕਿੱਦਾਂ ਪਾਵੇ ਗਰੀਬਨਵਾਦੀ ਕਹਿੰਦੇ ਨੇ ਤੁਹਾਡੀਆਂ ਗਲਤੀਆਂ ਨਹੀਂ ਲਿਖੀਆਂ ਜਾ ਸਕਦੀਆਂ ਵੀ ਤੁਸੀਂ ਕਿੰਨੀਆਂ ਘਤ ਕਰਦੇ ਹੋ ਤੇ ਰੱਬ ਦੀਆਂ ਬਖਸ਼ਿਸ਼ਾਂ ਵੀ ਨਹੀਂ ਲਿਖੀਆਂ ਜਾ ਸਕਦੀਆਂ ਇੰਨੇ ਝੂਠੇ ਹੋਣ ਦੇ ਬਾਵਜੂਦ ਵੀ ਰੱਬ ਤੁਹਾਨੂੰ ਸਭ ਕੁਝ ਦੇ ਹੀ ਜਾ ਰਿਹਾ ਇੰਨੀਆਂ ਗਲਤੀਆਂ ਕਰਨ ਦੇ ਬਾਵਜੂਦ ਵੀ ਤੁਹਾਨੂੰ ਸਭ ਕੁਝ ਦੇ ਹੀ ਜਾਵੇ ਤੇ ਉਹਦੇ ਵਰਗਾ ਦਿਆਲੂ ਤੇ ਹੈ ਹੀ ਕੋਈ ਨਹੀਂ ਮਾਰੇ ਕਹਿੰਦੇ ਨੇ ਛੋੜੋ ਪ੍ਰਾਣੀ ਕੂੜ ਕਬਾੜਾ ਉਹਨਾਂ ਨੂੰ ਕਹਿੰਦੇ ਨੇ ਉਹਨਾਂ ਕਿਹਾ ਸੀ ਕੀ ਕਰੀਏ ਝੂਠ ਤੋਂ ਬਿਨਾ ਚੌਧਰ ਨਹੀਂ ਚੱਲਦੀ ਮਹਾਰਾਜੀ ਰਾਜੀਨਾਮੇ ਕਰਾਉਣੇ ਹੋਣ ਤੇ ਕਈ ਕੁਝ ਕਰਨਾ ਪੈਂਦਾ ਪਿੰਡਾਂ ਨੂੰ ਮਾਰੇ ਕਹਿੰਦੇ ਨੇ ਇਹ ਚੌਧਰੀ ਤੁਸੀਂ ਇੱਥੇ ਇੱਥੇ ਹੀ ਦੇਜੇ ਜਿੱਦਣ ਸਵਾਸ ਪੂਰੇ ਹੋਗੇ ਨਾ ਦਰਗਾਹ ਵਿੱਚ ਕੋਈ ਚੌਧਰੀ ਨਹੀਂ ਤੇ ਕੋਈ ਆਮ ਪਰਜਾ ਨਹੀਂ ਉੱਥੇ ਇੱਕ ਲਾਈਨ ਵਿੱਚ ਖੜਾ ਰਿਆ ਜਾਊਗਾ ਸਾਰਿਆਂ ਨੂੰ ਇਹ ਸਮਝੋ ਵੀ ਮਰ ਜਾਣਾ ਵਾ ਦੁਨੀਆ ਤੋਂ ਚਲੇ ਜਾਣਾ ਤੇ ਕਿਦਣ ਮਰ ਜਾਣਾ ਇਹਦਾ ਕੋਈ ਪਤਾ ਨਹੀਂ ਵੀ ਕੱਲ ਦਾ ਦਿਨ ਕਿਸ ਨੇ ਵੇਖਣਾ ਕਿ ਨਹੀਂ ਵੇਖਣਾ ਅੱਜ ਹੀ ਸ਼ੁਰੂ ਕਰੋ ਮਾਰੇ ਨੇ ਆਖਿਆ ਅੱਜ ਹੀ ਕਿਉਂ ਹੁਣੇ ਹੀ ਸ਼ੁਰੂ ਕਰੋ ਹੁਣੇ ਸ਼ੁਰੂ ਕਰਕੇ ਵੇਖੋ ਜ਼ਿੰਦਗੀ ਵਿੱਚ ਆਨੰਦ ਵਰਤ ਜਾਏਗਾ ਮੰਡਾ ਦਾਤਾ ਤਿਲਨ ਤਮਾਈ ਉਹ ਤੇ ਇਨਾ ਕੁਝ ਦੇ ਰਿਹਾ ਮਾਰੇ ਕਹਿੰਦੇ ਨੇ ਦੇ ਕੇ ਤੇ ਆਪਣੇ ਅੰਦਰ ਤਿਲ ਮਾਤਰ ਵੀ ਤਮਾ ਨਹੀਂ ਰੱਖਦਾ ਤਮਾ ਕੀ ਹੈ ਲਾਲਚ ਜਿਵੇਂ ਅਸੀਂ ਕਿਸੇ ਦਾ ਕੁਝ ਸਵਾਰੀਏ ਹੁਣੇ ਕਿਸੇ ਦਾ ਕੰਮ ਕਰੀਏ ਆਸ ਰੱਖਦੇ ਆਂ ਵੀ ਤੁਰਦਾ ਤੁਰਦਾ ਬਸ ਇਨਾ ਹੀ ਕਹਦੇ ਵੀ ਥੈਂਕ ਯੂ ਇਹ ਨਹੀਂ ਕਹਦੇ ਤੇ ਜੇ ਕੋ ਨਾ ਕਵੇ ਲੋਕੀ ਗੁੱਸਾ ਕਰਦੇ ਆ। ਵੀ ਵੇਖੋ ਮੈਂ ਇਹਦਾ ਕੰਮ ਕੀਤਾ ਇਹਨੇ ਅੱਗੋਂ ਕੋਈ ਗੁੱਡ ਮੈਨਰ ਕੋਈ ਹੈ ਹੀ ਨਹੀਂ ਇਹਦੇ ਅੰਦਰ। ਗੁੱਸਾ ਕਰ ਜਾਂਦੇ ਆ ਵੀ ਮੁੜ ਕੇ ਆਈਂ। ਮੁੜ ਕੇ ਆਈਂ ਫਿਰ ਤੈਨੂੰ ਦੱਸਾਂਗੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹਦਾ ਕਿਦਾਂ ਅਸੀਂ ਦੇਣ ਦਵਾਂਗੇ? ਉਹ ਦਈ ਜਾਂਦਾ ਦਈ ਜਾਂਦਾ ਤੇ ਬੇਅੰਤ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਰੱਬ ਦਾ ਦਿੱਤਾ ਨਹੀਂ ਖਾਂਦੇ ਕਮਾ ਕੇ ਖਾਂਦੇ ਆ। ਅਸੀਂ ਨਹੀਂ ਕਿਸੇ ਦਾ ਦਿੱਤਾ ਹੋਇਆ ਖਾਂਦੇ ਅਸੀਂ ਤੇ ਕਮਾਈ ਕਰਕੇ ਖਾਂਦੇ ਆ। ਉਹ ਤੇ ਚੰਗੇ ਲੋਕ ਵੀ ਬੜੇ ਨੇ ਜਿਹੜੇ ਕਹਿੰਦੇ ਨੇ ਤੂੰ ਸਵੇਰੇ ਠਾਲਿਆ ਤੇ ਅਸੀਂ ਉੱਠ ਪਏ ਨਹੀਂ ਤੇ ਬਹੁਤ ਜ਼ਿਆਦਾ ਲੋਕ ਸੀ ਜਿਹੜੇ ਰਾਤੀ ਸੁੱਤੇ ਤੇ ਸੁੱਤੇ ਹੀ ਰਹਿ ਗਏ ਅਗਲੇ ਦਿਨ ਉੱਠੇ ਹੀ ਨਹੀਂ ਉਹ ਉਹਨਾਂ ਕਿਉਂ ਨਹੀਂ ਕਮਾਈ ਕਰ ਲਈ ਉੱਠ ਕੇ ਮਾਰੇ ਕਹਿੰਦੇ ਨੇ ਉਹਦਾ ਸ਼ੁਕਰਾਨਾ ਕਰੀਏ ਜਿਹੜਾ ਦੇ ਕੇ ਪਛਤਾਉਂਦਾ ਨਹੀਂ ਬਿਲਕੁਲ ਨਹੀਂ ਧਿਆਨ ਕਰਦਾ ਵੀ ਕੋਈ ਮੇਰੀ ਸਿਫਤ ਕਰੇ ਕੀਤੇ ਮੰਗ ਜੋਦ ਅਪਾਰ ਤੇ ਮਾਰੇ ਕਹਿੰਦੇ ਨੇ ਸਭ ਦੁਨੀਆ ਮੰਗ ਰਹੀ ਆ ਬੜੇ ਬੜੇ ਯੋਧੇ ਸੂਰਬੀਰ ਉਹਦੇ ਦਰ ਤੋਂ ਖਲੋ ਕੇ ਤਾਕਤ ਮੰਗ ਰਹੇ ਆ ਸਾਡੇ ਸਰੀਰ ਦੀ ਤਾਕਤ ਹੋਵੇ ਅਸੀਂ ਦੇਸ਼ ਦੀ ਰਾਖੀ ਕਰੀਏ ਮੈਦਾਨਾਂ ਦੇ ਵਿੱਚ ਜਿੱਤ ਪ੍ਰਾਪਤ ਕਰ ਸਕੀਏ ਤੇਆਂ ਗਣਤ ਨਹੀਂ ਵਿਚਾਰ ਇਹਨੇ ਜਾਣੇ ਮੰਗ ਰਹੇ ਨੇ ਗਰੀਬਨਵਾਦੀ ਕਹਿੰਦੇ ਨੇ ਵਿਚਾਰ ਨਹੀਂ ਕੀਤੀ ਜਾ ਸਕਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਉਹ ਕਿੰਨਿਆਂ ਨੂੰ ਦੇ ਰਿਹਾ ਹੈ ਤੇ ਖਪ ਟੁੱਟੇ ਵੇਕਾਰ ਪਰਮਾਦੇ ਕਹਿੰਦੇ ਰੋਸ ਉਸ ਵੇਲੇ ਆਉਂਦਾ ਵੀ ਬਹੁਤ ਜ਼ਿਆਦਾ ਲੋਕ ਤੇ ਆਸੇ ਨੇ ਜਿਹੜੇ ਖਾ ਖਾ ਕੇ ਖਾ ਕੇ ਤੇ ਵਿਸ਼ਿਆਂ ਵਕਾਰਾਂ ਦੇ ਵਿੱਚ ਖੱਪ ਖੱਪ ਕੇ ਮਰ ਚੱਲੇ ਨੇ ਕਦੀ ਉਹਦਾ ਧੰਨਵਾਦ ਹੀ ਨਹੀਂ ਕਰਦੇ ਉਹ ਮਾਰੇ ਕਹਿੰਦੇ ਨੇ ਭੋਗਾਂ ਬਲਾਸਾਂ ਦੇ ਵਿੱਚ ਗਰਸਤ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਕੇ ਜਾ ਰਹੇ ਹਨ ਤੇ ਲਾ ਲ ਮੁਕਰ ਪਾਹੀ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਰੱਬ ਕੋ ਲੈ ਕੇ ਤੇ ਮੁਕਰ ਜਾਂਦੇ ਨੇ ਕੌਣ ਮੁਕਰਦੇ ਨੇ ਜਿਹੜੇ ਗੁਰੂ ਦਾਨ ਸਿੰਘ ਸਾਹਿਬ ਜੀ ਨੇ ਆਖਿਆ ਨਾ ਕਿ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁੱਦ ਵੜਿਆਈ ਅਸੀਂ ਹਰਾਮਖੋਰ ਵਾਂ ਜੇ ਤੂੰ ਕਿਰਪਾ ਕਰਕੇ ਬਖਸ਼ ਲਵੇਂ ਤੇ ਗੱਲ ਵੱਖਰੀ ਆ ਨਹੀਂ ਤੇ ਜਿੰਨਾ ਕੁਝ ਤੂੰ ਸਾਨੂੰ ਦਿੱਤਾ ਉਹਦੇ ਬਦਲੇ ਅਸੀਂ ਤੇਰਾ ਉਹਨਾ ਸ਼ੁਕਰਾਨਾ ਨਹੀਂ ਕਰ ਰਹੇ ਅਸੀਂ ਬਿਲਕੁਲ ਤੇਰਾ ਸ਼ੁਕਰਾਨਾ ਨਹੀਂ ਕਰ ਰਹੇ ਮਾਰੇ ਕਹਿੰਦੇ ਨੇ ਬਹੁਤ ਜ਼ਿਆਦਾ ਲੋਕ ਮੁਕਰ ਗਏ ਨੇ ਲੈ ਕੇ ਉਹ ਕਹਿੰਦੇ ਨੇ ਹਿੰਮਤ ਨਾਲ ਕਮਾਇਆ ਹੈ ਸਾਨੂੰ ਕਹੇ ਰੱਬ ਨੇ ਕੱਖ ਨਹੀਂ ਦਿੱਤਾ ਇਸ ਤਰ੍ਹਾਂ ਦੇ ਵੀ ਲੋਕ ਹਨ ਏਤੇ ਮੂਰਖ ਖਾਈ ਖਾਈ ਕਈ ਤੇ ਮੂਰਖ ਲੋਕ ਨੇ ਖਾਈ ਜਾਂਦੇ ਨੇ ਖਾਈ ਜਾਂਦੇ ਨੇ ਨਾ ਖਾਣ ਲੱਗਿਆਂ ਸ਼ੁਕਰਾਨਾ ਕਰਦੇ ਨੇ ਨਾ ਖਾ ਕੇ ਬਾਅਦ ਵਿੱਚ ਸ਼ੁਕਰਾਨਾ ਕਰਦੇ ਉਹ ਵੀ ਮੂਰਖ ਹਨ ਏਤਿਆ ਦੂਖ ਭੂਖਾ ਸੰਧਾਰ ਤੇ ਕਈ ਵਿਚਾਰੇ ਜਿਹੜੇ ਅੱਜ ਸ਼ੁਕਰਾਨਾ ਨਹੀਂ ਨਾ ਕਰਦੇ ਇਹ ਦੋ ਦੋ ਜਨਮਾਂ ਦੀ ਗੱਲ ਲਿਖੀ ਹੋਈ ਜਿਨ੍ਹਾਂ ਨੂੰ ਅੱਜ ਮਹਾਰਾਜ ਨੇ ਸੁੱਖ ਦਿੱਤਾ ਹੈ ਔਰ ਖਾ ਕੇ ਵਰਤ ਕੇ ਉਹਦਾ ਧੰਨਵਾਦ ਨਹੀਂ ਕਰਦੇ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਉਹਨਾਂ ਨੂੰ ਖਾਣ ਪੀਣ ਵਰਤਣ ਵਾਸਤੇ ਕੱਖ ਨਹੀਂ ਦਿੰਦਾ ਮਨੁੱਖਾ ਜਨਮ ਦੇ ਦਿੰਦਾ ਕਿਸੇ ਨਾ ਕਿਸੇ ਚੰਗੇ ਕਰਮ ਕਰਕੇ ਖਾਣ ਪੀਣ ਨੂੰ ਕੁਝ ਨਹੀਂ ਦਿੰਦਾ ਤੇ ਫਿਰ ਦੁੱਖ ਤੇ ਭੁੱਖ ਦੀ ਮਾਰ ساری ਜ਼ਿੰਦਗੀ ਉਹਨਾਂ ਨੂੰ ਪਈ ਰਹਿੰਦੀ ਆ ਨਾ ਉਹਨਾਂ ਦੇ ਘਰੋਂ ਰੋਗ ਮੁੱਕਦੇ ਨੇ ਤੇ ਨਾ ਉਹਨਾਂ ਦੇ ਘਰੋਂ ਗਰੀਬੀ ਮੁੱਕਦੀ ਮਾਰੇ ਕਹਿੰਦੇ ਨੇ ਇਹ ਵੀ ਉਹਦਾ ਹੁਕਮ ਹੋ ਜਾਂਦਾ ਫਿਰ ਉਹਨਾਂ ਜੀਆਂ ਵਾਸਤੇ ਵੀ ਹੁਣ ਪਹਿਲੇ ਵਰਗੇ ਸੁੱਖ ਇਹਨਾਂ ਨੂੰ ਨਹੀਂ ਦੇਣੇ ਇਹ ਇਦਾਂ ਉਹਨਾਂ ਨੂੰ ਮਾਰ ਪੈਂਦੀ ਹੈ ਜੀ ਇਹ ਪੀਂਦਾ ਤ ਤੇਰੀ ਦਾਤਾਰ ਫਿਰ ਕੀ ਹੁੰਦਾ ਟੀਵੀ ਲਾ ਕੇ ਬੰਦਾ ਸੁੱਖ ਨਾਲ ਟੀ ਕਮਰੇ ਵਿੱਚ ਬੈਠਾ ਏਸੀ ਲਾ ਕੇ ਸਾਰਾ ਪਰਿਵਾਰ ਹੱਸੀ ਜਾਂਦੇ ਹੱਸੀ ਜਾਂਦੇ ਆ ਪਤਾ ਨਹੀਂ ਕਦੋਂ ਇਹਨਾਂ ਨੇ ਵਾਹਿਗੁਰੂ ਕਹਿਣਾ ਵਾ ਪਤਾ ਨਹੀਂ ਸ਼ਾਮਾਂ ਦੀ ਰਹਿ ਰਸ ਦਾ ਵੀ ਚੇਤਾ ਆਉਣਾ ਕਿ ਨਹੀਂ ਆਉਣਾ ਇੱਕ ਪਾਸੇ ਇੱਕ ਮੰਜੀ ਤੇ ਪਿਆ ਹੋਇਆ ਬੰਦਾ ਉਹ ਕਹਿੰਦਾ ਰੱਬਾ ਕਿੰਨਾ ਕੁ ਦੁੱਖ ਦੇਵੇਂਗਾ ਕਦੋਂ ਮੈਨੂੰ ਠੀਕ ਕਰੇਂਗਾ ਮਹਾਰਜ ਕਹਿੰਦੇ ਨੇ ਇਹ ਜਿਹੜੀ ਆ ਨਾ ਦੁੱਖ ਭੁੱਖ ਦੀ ਮਾਰ ਪਈ ਹੋਈ ਰੱਬਾ ਇਹ ਵੀ ਮੈਂ ਤੇਰੀ ਦਾਤ ਹੀ ਸਮਝਣਾ ਵਾਂ ਕਿਉਂਕਿ ਦੁੱਖ ਵਿੱਚ ਬੰਦੇ ਨੂੰ ਰੱਬ ਚੇਤੇ ਆਉਂਦਾ ਸੁੱਖ ਵਿੱਚ ਤੇ ਆਉਂਦਾ ਹੀ ਨਹੀਂ ਜਦ ਜੇ ਦੁੱਖ ਧਾਰੂ ਸੁਖ ਰੋਗ ਪਿਆ ਮਾਰੇ ਕਹਿੰਦੇ ਕੰਨਾਂ ਨੂੰ ਤੇ ਦੁੱਖ दारू ਬਣ ਕੇ ਚੰਬੜਦਾ ਪੀ ਭੁੱਲਿਆ ਹੋਇਆ ਸੀ ਬੰਦਾ ਬਿਮਾਰ ਪੈ ਗਿਆ ਨਹੀਂ ਉੱਠਿਆ ਜਾਂਦਾ ਉਹ ਘੜੀ ਮੁੜੀ ਅਰਦਾਸਾਂ ਕਰਦਾ ਮੈਨੂੰ ਤੰਦਰੁਸਤੀ ਦਓ ਜੀ ਮੈਨੂੰ ਤੰਦਰੁਸਤੀ ਦਓ ਤੇ ਜਿਨ੍ਹਾਂ ਨੂੰ ਤੰਦਰੁਸਤੀ ਦਿੱਤੀ ਆ ਉਹ ਰਾਤ ਦਿਨ ਦੌੜੇ ਫਿਰਦੇ ਆ ਤੇ ਸੰਗਤ ਵਿੱਚ ਬਹਿਣ ਵਾਸਤੇ ਉਹਨਾਂ ਕੋਲ ਟਾਈਮ ਵੀ ਨਹੀਂ ਹੈਗਾ ਮਾਰੇ ਕਹਿੰਦੇ ਦੁੱਖ ਵੀ ਆ ਜਾਵੇ ਇਹ ਵੀ ਮੈਂ ਤੇਰੀ ਦਾਤ ਸਮਝ ਕੇ ਹੰਡਾਉਣਾ ਵੀ ਦੁੱਖ ਵਿੱਚ ਸਾਨੂੰ ਤੇਰਾ ਚੇਤਾ ਆ ਜਾਂਦਾ ਹੈ ਜੀ ਬੰਦ ਖਲਾਸੀ ਪਾਣ ਹੋਏ ਪਰ ਗੱਲ ਇਹ ਏ ਜੇ ਕਿ ਮਹਾਰਾਜ ਜੀ ਕਹਿੰਦੇ ਨੇ ਦੁੱਖਾਂ ਤੋਂ ਜੇ ਕਿਸੇ ਨੇ ਬੰਦ ਖਲਾਸੀ ਕਰਾਉਣੀ ਆ ਜੇ ਦੁੱਖਾਂ ਤੋਂ ਖਿਹੜਾ ਛਟਕਾਰਾ ਕਰਾਉਣਾ ਵਾ ਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਆਓ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਦੀ ਵੀ ਉਹਨੂੰ ਨਾਮ ਭਲਾਓ ਨਿਤਨੇਮ ਨਾ ਛੱਡੋ ਕਦੀ ਸੰਗਤ ਨੂੰ ਨਾ ਛੱਡੋ ਕਦੀ ਜਿਹੜੀਆਂ ਰਹਿਤਾਂ ਨੇ ਉਹਦੇ ਵੱਲੋਂ ਮੁਨਕਰ ਨਾ ਹੋਵੋ ਹੱਥ ਜੋੜ ਕੇ ਸਿਰ ਝੁਕਾ ਕੇ ਉਹਦੀਆਂ ਦਸੀਆਂ ਹੋਈਆਂ ਰਹਿਤਾਂ ਰੱਖੋ ਤੇ ਦੁੱਖਾਂ ਤੋਂ ਛਟਕਾਰਾ ਹੋ ਜਾਏ ਹੋਰ ਆਖ ਨਾ ਸਕ ਕੋਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੇਰੇ ਮੁਤਾਬਕ ਜਿੰਨਾ ਕੋ ਸਾਨੂੰ ਪਤਾ ਕੋਈ ਦੁਨੀਆ ਦਾ ਬੰਦਾ ਹੋਰ ਕੋਈ ਗੱਲ ਨਹੀਂ ਦੱਸ ਸਕਦਾ ਕਿ ਦੁੱਖਾਂ ਤੋਂ ਛਡਕਾਰਾ ਕਰਾਉਣ ਵਾਸਤੇ ਉਹ ਗੱਲ ਤੇ ਇਲਾਜ ਆ ਉਹਦਾ ਭਾਣਾ ਮੰਨਣਾ ਉਹਦੇ ਭਾਣੇ ਮੰਨਣ ਨੂੰ ਛੱਡ ਕੇ ਹੋਰ ਕੋਈ ਇਲਾਜ ਨਹੀਂ ਜੇ ਹੈਗਾ ਹੋਰ ਆਖ ਨਾ ਸਕੈ ਕੋਈ ਹੋਰ ਕੋਈ ਇਲਾਜ ਨਹੀਂ ਹੋਰ ਕੋਈ ਤਰੀਕਾ ਨਹੀਂ ਵੀ ਬੰਦਾ ਜਨਮ ਮਰਨ ਤੋਂ ਰਹਿਤ ਹੋ ਸਕੇ ਹੋਰ ਕੋਈ ਤਰੀਕਾ ਨਹੀਂ ਵੀ ਬੰਦਾ ਧਰਮ ਰਾਜ ਦੇ ਲੇਖੇ ਤੋਂ ਬਚ ਸਕੇ ਹੋਰ ਕੋਈ ਤਰੀਕਾ ਨਹੀਂ ਵੀ ਬੰਦਾ ਦੁੱਖ ਤੇ ਭੁੱਖ ਗਰੀਬੀ ਦੀ ਮਾਰ ਤੋਂ ਬਚ ਸਕੇ ਤਰੀਕਾ ਇਹ ਆ ਗੁਰੂ ਵਾਲੇ ਬਣ ਕੇ ਜਪਣਾ ਸਤਨਾਮ ਸ੍ਰੀ ਵਾਹਿ ਇਹ ਤਰੀਕਾ ਹੈ ਜੀ ਜੇ ਕੋ ਖਾਇ ਕ ਆਕਣ ਪਾਏ ਜੇ ਕੋ ਮੂਰਖ ਬੰਦਾ ਕੱਚੀ ਅਕਲ ਵਾਲਾ ਆਖੇ ਵੀ ਮੈਂ ਆਪਣੀ ਜ਼ਿੰਦਗੀ ਨੂੰ ਬਚਾਉਣ ਦਾ ਕੋਈ ਹੋਰ ਤਰੀਕਾ ਲੱਭ ਲਿਆ ਵਾ ਮੈਨੂੰ ਸੰਗਤ ਵਿੱਚ ਜਾਣ ਦੀ ਕੋਈ ਲੋੜ ਨਹੀਂ ਬਾਣੀ ਪੜਨ ਦੀ ਕੋਈ ਲੋੜ ਨਹੀਂ ਮੇਰੇ ਕੋਲ ਇੱਕ ਹੋਰ ਕੋਈ ਤਰੀਕਾ ਹੈ ਉਹ ਜਾਣ ਜੀਤੀਆ ਮੋਹਕਾਈ ਮਰ ਕਹਿੰਦੇ ਤੇ ਫਿਰ ਉਹ ਹੀ ਜਾਣਦਾ ਵਾ ਵੀ ਜਿੰਨੇ ਦੁੱਖਾਂ ਦੇ ਵਿੱਚ ਉਹ ਫਸ ਜਾਏਗਾ ਜਿੰਨੀਆਂ ਚੋਟਾਂ ਉਹਨੂੰ ਪੈਣਗੀਆਂ ਤੇ ਉਹ ਹੀ ਜਾਣਦਾ ਕਿਉਂ ਚੋਟਾਂ ਪੈਣਗੀਆਂ ਕਿਉਂਕਿ ਤੂੰ ਵਿਸਰੇ ਤਾਂ ਸਭ ਕੋ ਲਾਗੂ ਜਿਹੜੇ ਦੁੱਖ ਨੇ ਨਾ ਉਹ ਸਾਡੇ ਆਲੇ ਦੁਆਲੇ ਹੀ ਨੇ ਸਾਰੇ ਉਹ ਕਿਸੇ ਵਿਦੇਸ਼ ਤੋਂ ਕਿਤੇ ਵੀਜ਼ਾ ਲਵਾ ਕੇ ਨਹੀਂ ਆਉਣਾ ਆਲੇ ਦੁਆਲੇ ਹੀ ਨੇ ਮੌਤ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵੀ ਸਿਰ ਤੇ ਹੀ ਆ ਸਾਰਿਆਂ ਦੇ ਮਮ ਸਰ ਮੋਏ ਇਜ਼ਰਾਈਲ ਗ੍ਰਿਫਤੇ ਦਿਲ 헤ਚ ਨਾ ਦਾਨੀ ਦਿਲ ਨਹੀਂ ਮੰਨਦਾ ਪਰ ਗੱਲ ਵੱਖਰੀ ਆ ਪਰ ਮੌਤ ਨੇ ਸਾਰਿਆਂ ਦੇ ਵਾਲਾਂ ਤੋਂ ਫੜਿਆ ਹੋਇਆ ਹਾਂ ਉਹ ਵਰਤ ਨਹੀਂ ਰਹੀ ਜਦੋਂ ਇਸ਼ਾਰਾ ਹੋਇਆ ਉਹਨੇ ਇੱਕਦਮ ਝਟਕਾ ਮਾਰ ਕੇ ਬੰਦੇ ਨੂੰ ਸੁਟਣਾ ਤੇ ਬੰਦਾ ਮੁੜ ਕੇ ਉੱਠਣਾ ਨਹੀਂ ਦੁੱਖ ਦੂਰ ਨਹੀਂ ਗਏ ਦੁੱਖ ਲਾਗੇ ਲੱਗੇ ਹੀ ਨੇ ਤੇ ਲਾਗੇ ਕਿਉਂ ਨਹੀਂ ਆਉਂਦੇ ਕਿਉਂਕਿ ਵਾਹਿਗੁਰੂ ਕਰਤਾ ਪੁਰਖ ਸਾਡੀ ਰੱਖਿਆ ਕਰ ਰਿਹਾ ਉਹ ਹਰ ਵੇਲੇ ਸਾਡੇ ਨਾਲ ਆ ਤੇ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਕੋਈ ਬੰਦਾ ਕਵੇ ਮੈਨੂੰ ਗੁਰੂ ਦੀ ਨਹੀਂ ਲੋੜ ਮੈਨੂੰ ਸੰਗਤ ਦੀ ਨਹੀਂ ਲੋੜ ਤੇ ਇੱਕ ਇਸ਼ਾਰਾ ਹੋਏਗਾ ਦੋ ਖੋਸੇ ਵੇਲੇ ਘੇਰ ਲੈਣਗੇ ਤੂੰ ਵਿਸਰੇ ਤਾਂ ਸਭ ਕੋ ਲਾਗੂ ਲਾਗੂ ਦਾ ਪਾਪ ਘੇਰ ਲੈਣਗੇ ਉਸੇ ਵੇਲੇ ਹੀ ਉਹਨੂੰ ਪਕੜ ਲੈਣਗੇ ਜੀ ਆਪੇ ਜਾਣ ਆਪੇ ਦੇ ਮਹਾਰਾਜ ਜੀ ਕਹਿੰਦੇ ਨੇ ਉਹ ਕਰਤਾ ਪੁਰਖ ਹੀ ਜਾਣਦਾ ਵਾ ਕਿ ਦੁੱਖਾਂ ਤੋਂ ਖਲਾਸੀ ਕਿੱਦਾਂ ਹੋਣੀ ਆ ਉਹ ਹੀ ਫਿਰ ਆਪਣੇ ਨਾਮ ਦੀ ਬਖਸ਼ਿਸ਼ ਕਰਦਾ ਹੈ ਆਕਾਸ਼ੀ ਪੀ ਕੇ ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੇ ਨਾਸਤਕ ਬਿਰਤੀ ਵਾਲੇ ਵੀ ਨਹੀਂ ਹੈਗੇ ਬਹੁਤ ਲੋਕ ਨੇ ਜਿਹੜੀਆਂ ਉਹਦੀਆਂ ਸਿਫਤਾਂ ਕਰ ਰਹੇ ਨੇ ਬਹੁਤ ਲੋਕ ਨੇ ਜਿਹੜੀ ਸ਼ਰਧਾ ਬਣਾ ਬਣਾ ਕੇ ਉਹਦੀ ਸਿਫਤ ਸੁਣਦੇ ਨੇ ਕਥਾ ਕੀਰਤਨ ਸੁਣਦੇ ਨੇ ਸੁਣਨ ਵਾਲੇ ਵੀ ਬਹੁਤ ਹਨ ਜਿਸ ਨੂੰ ਬਖਸ਼ੀ ਸਿਫਤ ਸਲਾਹ ਦੁੱਖਾਂ ਦੀ ਮਾਰ ਤੋਂ ਬਚਣ ਵਾਸਤੇ ਧਰਮ ਰਾਜ ਦੇ ਲੇਖੇ ਤੋਂ ਬਚਣ ਵਾਸਤੇ ਹੱਲ ਹੈ ਉਹਦੀ ਸਿਫਤ ਸਲਾਹ ਸੁਣਨੀ ਉਹਦੀ ਕਥਾ ਸੁਣਨੀ ਕੀਰਤਨ ਸੁਣਨਾ ਨਾਮ ਨੂੰ ਸੁਣਨਾ ਇਹ ਕੋਈ ਆਪਣੇ ਆਪ ਨਹੀਂ ਸੁਣਦਾ ਜਿੰਨਾ ਉਤੇ ਅਕਾਲ ਪੁਰਖ ਜੀ ਬਹੁਤ ਮਿਹਰਬਾਨ ਹੁੰਦੇ ਨੇ ਉਹਨਾਂ ਨੂੰ ਬਾਹਮ ਫੜ ਕੇ ਸੰਗਤ ਵਿੱਚ ਬਿਠਾ ਕੇ ਆਪਣੀ ਸਿਫਤ ਸੁਣਾਉਂਦੇ ਹਨ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਫਿਰ ਜਿਹੜੇ ਸੁਣਨ ਵਾਲੇ ਨੇ ਮਾਰੇ ਕਹਿੰਦੇ ਨੇ ਇਹ ਬੰਦੇ ਆਮ ਨਹੀਂ ਹੈਗੇ ਅਗਲੀ ਪੌੜੀ ਵਿੱਚ ਸਾਰਾ ਸਪਸ਼ਟ ਕੀਤਾ ਇਹ ਜਿਹੜੀ ਸੰਗਤ ਵਿੱਚ ਆਉਣ ਵਾਲੇ ਲੋਕ ਨੇ ਇਹ ਬੰਦੇ ਆਮ ਨਹੀਂ ਗਏ ਮਾਰੇ ਕਹਿੰਦੇ ਮੇਰੀ ਨਜ਼ਰਾਂ ਵਿੱਚ ਇਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਇਹ ਵੱਡਿਆਂ ਤੋਂ ਵੱਡੇ ਨੇ ਕਿਉਂ ਕਿਉਂਕਿ ਇਹ ਵੱਡੇ ਨਾਲ ਜੁੜ ਗਏ ਨੇ ਕਿਸੇ ਨਿੱਕੇ ਨਾਲ ਜੁੜ ਜਾਓ ਬੰਦਾ ਨੀਵੀਂ ਵਿਚਾਰ ਵਾਲਾ ਹੋ ਜਾਂਦਾ ਨੀਵੇਂ ਕਰਮਾਂ ਵਾਲਾ ਹੋ ਜਾਂਦਾ ਵੱਡੇ ਨਾਲ ਜੁੜ ਜਾਓ ਵੱਡੇ ਕਰਮਾਂ ਵਾਲਾ ਹੋ ਗਿਆ ਤੇ ਜਿੱਦਾਂ ਦੇ ਕਰਮ ਨੇ ਮਾਰੇ ਕਹਿੰਦੇ ਉਦਾਂ ਦਾ ਇਹ ਮਨੁੱਖ ਹੈ ਹੁਣ ਇਹ ਏਡੇ ਉੱਚੇ ਹੋ ਗਏ ਕਿ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਤੇ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਤੇ ਹੁਣ ਇਹ ਜਿਹੜੇ ਆਉਂਦੇ ਨੇ ਨਾ ਸੰਗਤ ਵਿੱਚ ਇਹਨਾਂ ਦੀ ਸਿਫਤ ਵਿੱਚ ਅਗਲੀ ਪੌੜੀ ਮਾਰ ਰਹੇ ਨੇ ਇੰਜ ਦਰਜ ਕੀਤੀ ਹੈ ਅਮੁੱਲ ਗੁਣ ਅਮੁੱਲ ਵਾਪਾਰ ਮਹਾਰਾਜ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਘਰ ਜਿਹੜੇ ਗੁਣ ਨੇ ਨਾ ਗੁਣ ਕੀ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਨਾਮ ਇਹ ਸੱਤ ਗੁਣ ਨੇ ਜਿਹੜੀ ਸੋਠ ਰਾਗ ਵਿੱਚ ਆਖਿਆ ਨਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਉੱਥੇ ਸੰਤ ਦਾ ਭਾਵ ਹੈ ਪਰਮੇਸ਼ਰ ਪਰਮੇਸ਼ਰ ਦੇ ਘਰ ਤੱਕ ਜਿੰਨੇ ਪਹੁੰਚਣਾ ਇੱਕ ਪੌੜੀ ਚਾਹੀਦੀ ਆ ਕਿਉਂਕਿ ਉੱਚੇ ਥਾਂ ਜਿਹੜਾ ਹੋਵੇ ਪੌੜੀ ਲਾ ਕੇ ਚੜ ਜਾ ਸਕਦਾ ਕਿਹੜੀ ਪੌੜੀ ਚਾਹੀਦੀ ਆ ਲੱਕੜ ਦੀ ਸੀਮਿੰਟ ਦੀ ਨਹੀਂ ਉਸ ਪੌੜੀ ਦੇ ਸੱਤ ਡੰਡੇ ਨੇ ਸੱਤ ਸਟੈਪ ਨੇ ਉਸ ਸਟੈਪ ਤੁਸੀਂ ਆਪੇ ਤਿਆਰ ਕਰਨੇ ਨੇ ਉਹ ਮੁੱਲ ਨਹੀਂ ਲਿਆਂਦੇ ਜਾਣੇ ਉਸ ਸਟੈਪ ਕਿਹੜੇ ਨੇ ਸੱਤ ਜ਼ਿੰਦਗੀ ਇਦਾਂ ਦੀ ਹੋਵੇ ਕਿ ਜਿਹੜੀ ਕਮਾਈ ਕਰਦੇ ਹੋ ਥੋੜਾ ਬਹੁਤਾ ਕਿਸੇ ਗਰੀਬ ਲੋੜਵੰਦ ਦੀ ਮਦਦ ਕਰਨ ਜੋਗੇ ਹੋਵੋ ਤੇ ਉਹਦੀ ਅਸੀਸ ਲਾਓ ਦਾਨੀ ਬਿਰਤੀ ਖੋਣ ਵਾਲੀ ਬਿਰਤੀ ਨਹੀਂ ਚਾਹੀਦੀ ਦਾਨੀ ਬਿਰਤੀ ਚਾਹੀਦੀ ਸਤ ਸੰਤੋਖ ਸੰਤੋਖੀ ਬੰਦਾ ਹੋਵੇ ਜੋ ਰੱਬ ਦਿੰਦਾ ਉਹਦੇ ਤੇ ਗੁਜ਼ਰ-ਗੁਜ਼ਾਰਾ ਕਰੇ ਪਰਾਏ ਹੱਕ ਵੱਲ ਧਿਆਨ ਨਾ ਮਾਰੇ ਇਹ ਦੂਜਾ ਸਟੈਪ ਸਤ ਸੰਤੋਖ ਦਇਆ ਮਾਰੇ ਕਹਿੰਦੇ ਜੇ ਦੂਜੇ ਦਾ ਦੁੱਖ ਵੇਖ ਕੇ ਦੁਖੀ ਹੋਵੇ ਤੇ ਦੂਜੇ ਦਾ ਸੁਖ ਵੇਖ ਕੇ ਤੇ ਸੁਖੀ ਹੋ ਜਾਵੇ ਭਈ ਸ਼ੁਕਰ ਆ ਕੋਈ ਸੁਖੀ ਆ ਲੋੜ ਪਊਗੀ ਇਹਦੇ ਕੋਲੋਂ ਮਦਦ ਲੈ ਲਾਂਗੇ ਜੇ ਦੁਖੀ ਆ ਤੇ ਉਹਦਾ ਦੁੱਖ ਵੰਡਾਉਣ ਵਾਸਤੇ ਤੁਰੋ ਸਤ ਸੰਤੋਖ ਦਾਇਆ ਧੀਰਜ ਮਾਰੇ ਕਹਿੰਦੇ ਅੰਦਰ ਬੜਾ ਹੌਸਲਾ ਹੋਣਾ ਚਾਹੀਦਾ ਧੀਰਜ ਹੋਣੀ ਚਾਹੀਦੀ ਆ ਕਿਸੇ ਵੀ ਚੀਜ਼ ਨੂੰ ਅੱਖਾਂ ਨੇ ਵੇਖਿਆ ਤੇ ਉਹਦੇ ਪਿੱਛੇ ਹੀ ਉੱਠ ਕੇ ਤੁਰ ਨਹੀਂ ਪੈਣਾ ਚਾਹੀਦਾ ਬਹਿ ਕੇ ਵਿਚਾਰ ਕਰਨੀ ਚਾਹੀਦੀ ਆ ਪ੍ਰਾਇ ਸਰੀਰ ਵਾਲ ਉੱਠ ਕੇ ਤੁਰ ਪਏ ਤੇ ਹਾਲ ਕੀ ਹੋਊਗਾ ਪਰਾਇ ਮਾਇਆ ਵੱਲ ਉੱਠ ਕੇ ਤੁਰ ਪਏ ਤੇ ਹਾਲ ਕੀ ਹੋਊਗਾ ਧੀਰਜ ਵਾਲਾ ਬੰਦਾ ਠਰਮੇ ਵਾਲਾ ਬੰਦਾ ਹੋਣਾ ਚਾਹੀਦਾ ਸਤ ਸੰਤੋਖ ਦਇਆ ਧੀਰਜ ਧਰਮ ਪਰਮਾਤਮਾ ਦੇ ਨਿਜਮ ਖਿਮਾ ਕਿਸੇ ਦੀ ਗਲਤੀ ਵੇਖ ਕੇ ਤੇ ਉਹਨੂੰ ਮਾਫ ਕਰ ਦੇਣ ਵਾਲਾ ਹਿਰਦਾ ਸਭ ਤੋਂ ਵੱਡਾ ਹਿਰਦਾ ਹੁੰਦਾ ਜਲੂਸ ਤੇ ਹਰ ਕੋਈ ਇੱਕ ਦੂਜੇ ਦਾ ਕੱਢਦਾ ਫਿਰਦਾ ਅੱਜ ਤੇ ਲੋਕਾਂ ਨੇ ਆਉਂ ਮੋਬਾਈਲ ਦੀ ਹਰ ਵੇਲੇ ਕੈਮਰੇ ਚਾਲੂ ਕਰਕੇ ਰੱਖੇ ਹੋਏ ਜਰਾ ਇੱਕ ਗਲਤੀ ਕਿਸੇ ਦੀ ਹੋਈ ਤੇ ਉਹ ਲੋਕ ਵੀ ਇੱਕ ਦੂਜੇ ਦਾ ਜਲੂਸ ਕੱਢਦੇ ਨੇ ਜਿਹੜੇ ਰੋਜ਼ ਇੱਥੇ ਪੜ੍ਹਦੇ ਨੇ ਦੋਵੇਂ ਟਾਈਮ ਖਲੋ ਕੇ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਕਿਉਂ ਵਾਹਿਗੁਰੂ ਕਹਿਣਾ ਵਾਹਿਗੁਰੂ ਦਾ ਪਾਪ ਕਿਉਂ ਧੰਨ ਨੇ ਲੋਕ ਕਿਹੜੇ ਲੋਕ ਜਿਨ੍ਹਾਂ ਨੇ ਕਿਸ ਦੀ ਗਲਤੀ ਵੇਖੀ ਤੇ ਵੇਖ ਕੇ ਉਹਦੇ ਤੇ ਪੜਦਾ ਪਾ ਦਿੱਤਾ ਅਸਾ ਕਹਿ ਰਹੇ ਆ ਸਾਰਾ ਪੰਥ ਕਹਿ ਰਿਹਾ ਕਿਹੜਾ ਕੋਈ ਘਟ ਕਹਿੰਦਾ ਤੇ ਸਾਰਾ ਪੰਥ ਕਹੇ ਕਿ ਤੇ ਕਰਦਾ ਕੀ ਆ ਸਾਰਿਆਂ ਦੀ ਨੇ ਮੈਂ ਗੱਲ ਕਰਦਾ ਪਰ ਬਹੁਤ ਜ਼ਿਆਦਾ ਲੋਕ ਨੇ ਜਰਕ ਕਿਸੇ ਦੀ ਗਲਤੀ ਵੇਖੀ ਉਹਦੇ ਲਾਗੇ ਬਹਿ ਕੇ ਉਹਨੂੰ ਸਮਝਾ ਕੇ ਉਹਦੀ ਗਲਤੀ ਦੂਰ ਕਰਨ ਦੀ ਬਜਾਏ ਦੂਰ ਦੂਰ ਜਾ ਕੇ ਉਹਨਾਂ ਚਰ ਲੋਕਾਂ ਦੀ ਰੋਟੀ ਤਾਂ ਨੂੰ ਆਉਂਦੀ ਹੈ ਜਨਾਂ ਚਰ ਕਿਸੇ ਦੀ ਗੱਲ ਨਾ ਕਰ ਦੋ ਐਨਾ ਕੁਝ ਖਾ ਕੇ ਲੋਕੀ ਪਚਾ ਜਾਂਦੇ ਨੇ ਤੇ ਜਰਕ ਕਿਸੇ ਦੀ ਗੱਲ ਸਾਹਮਣੇ ਉਹ ਨਹੀਂ ਪੱਚਦੀ ਤੇ ਫਿਲਮਾਂ ਬੜਾ ਬੜਾ ਕੇ ਚਾੜ੍ਹ ਦਿੰਦੇ ਨੇ ਭਾਵੇਂ ਕਿਸੇ ਦੀ ਗਲਤੀ ਹੋਵੇ ਭਾਵੇਂ ਨਾ ਹੋਵੇ ਬਾਅਦ ਚ ਭਾਵੇਂ ਕੋ ਪਛਤਾਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਇੱਥੇ ਇਹ ਵਿਚਾਰ ਰੱਖ ਰਹੇ ਨੇ ਕਿ ਕਿੱਥੇ ਨੇ ਆਪਾਂ ਬਚਨ ਅਮੋਲ ਗੁਣ ਅਮੋਲ ਵਪਾਰ ਇਹ ਜਿਹੜੇ ਆ ਰਹੇ ਨੇ ਨਾ ਲੋਕ ਗਰੀਬਨਵਾਦੀ ਕਹਿੰਦੇ ਨੇ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਅਮੁੱਲੇ ਨੇ ਉਹ ਕਿਸੇ ਗੁਣ ਦੇ ਵਟੇ ਕਿਸੇ ਮਾਇਆ ਦੇ ਵਟੇ ਕਿਸੇ ਨੂੰ ਨਹੀਂ ਮਿਲਦੇ ਤੇ ਇੱਥੇ ਜਿਹੜਾ ਵਪਾਰ ਹੋ ਰਿਹਾ ਨਾ ਉਹ ਵਪਾਰ ਵੀ ਅਮੁੱਲਾ ਹੀ ਆ ਕਿਉਂਕਿ ਉਹ ਗੁਣ ਲੈਣੇ ਨੇ ਨਾ ਜਿਹੜੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਖਿਮਾ ਵਾਲਾ ਗੁਣ ਜਿਹੜਾ ਉਹ ਅਖੀਰਲਾ ਪੌੜੀ ਦਾ ਡੰਡਾ ਵਾ ਸਭ ਕੁਝ ਕਰਕੇ ਵੀ ਜੇ ਲੋਕਾਂ ਦੀ ਨਿੰਦਿਆ ਚੁਗਲੀ 'ਚ ਫਸ ਗਿਆ ਤੇ ਉਹ ਡੰਡੇ ਤੇ ਚੜ੍ਹਿਆ ਨਹੀਂ ਜਾਣਾ ਮਹਾਰਾਏ ਕਹਿੰਦੇ ਨੇ ਇਹ ਗੁਣ ਜਿਹੜੇ ਨੇ ਦੱਸੋ ਕਿੰਨੇ ਰੁਪਏ ਰੱਖੋਗੇ ਤੇ ਬੰਦਾ ਸੰਤੋਖੀ ਹੋ ਜਾਊਗਾ ਕਿੰਨੇ ਰੁਪਏ ਗੋਲਕ ਵਿੱਚ ਪਾਓਗੇ ਜਾਂ ਕਿੰਨਾ ਬਾਾਰ ਦਾਨ ਕਰੋਗੇ ਤੇ ਬੰਦਾ ਧਰਮੀ ਹੋ ਜਾਏ ਨਹੀਂ ਹੋਇਆ ਜਾਣਾ ਇਹਨਾਂ ਵਿੱਚੋਂ ਇੱਕ ਵੀ ਗੁਣ ਮੁੱਲ ਨਹੀਂ ਮਿਲਦਾ ਤਾਂ ਆਖਿਆ ਅਮੁੱਲ ਗੁਣ ਅਮੁੱਲ ਵਪਾਰ ਗੁਣ ਤੇ ਅਮੁੱਲੇ ਨੇ ਪਰ ਲੋਕੀ ਲੈ ਲੈ ਕੇ ਜਾ ਰਹੇ ਨੇ ਪਰ ਉਹਨਾਂ ਜਿਹੜੇ ਲੈ ਕੇ ਜਾ ਰਹੇ ਨੇ ਨਾ ਉਹਨਾਂ ਕੋਈ ਮੁੱਲ ਨਹੀਂ ਤਾਰਿਆ ਉਹਨਾਂ ਕੀ ਕੀਤਾ ਹੈ ਉਹ ਕੇਵਲ ਆਪਣੀ ਮਨਮਰਜ਼ੀ ਛੱਡ ਕੇ ਗੁਰੂ ਕੀ ਰਜ਼ਾ ਵਿੱਚ ਆਏ ਨੇ ਤੇ ਬਾਣਾ ਮੰਨਦਿਆਂ ਹੀ ਗੁਰੂ ਨੇ ਗੁਣ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੇ ਤਰਸ ਕਰਕੇ ਪਾ ਦੱਤੇ ਨੇ ਮਾਰੇ ਨੇ ਇੰਜ ਲਿਖਿਆ ਹੋਇਆ ਹੱਠ ਮਜਾਹੂ ਮੈਂ ਮਾਨਕ ਲੱਧਾ ਮੁੱਲ ਨਾ ਕਿੱਧਾ ਮੈਂ ਕੋ ਸਤਗੁਰ ਦਿੱਤਾ ਜਿਹੜੇ ਮੈਨੂੰ ਗੁਣ ਹਿਰਦੇ ਵਿੱਚੋਂ ਲੱਭ ਪਏ ਨਾ ਆਪਣੇ ਅੰਦਰੋਂ ਚੰਗਿਆਈ ਲੱਭ ਪਈ ਸਤ ਸੰਤੋਖ ਲੱਭ ਗਿਆ ਧਰਮ ਲੱਭ ਗਿਆ ਖਿਮਾ ਵਾਲਾ ਗੁਣ ਮੇਰੇ ਹਿਰਦੇ 'ਚ ਹੀ ਸੀ ਇਹ ਮੈਨੂੰ ਮੁੱਲ ਨਹੀਂ ਮਿਲੇ ਮੇਰੇ ਗੁਰੂ ਨੇ ਤਰਸ ਕਰਕੇ ਮੈਨੂੰ ਦੇ ਦਿੱਤੇ ਨੇ ਆਮੁੱਲ ਗੁਣ ਅਮੁੱਲ ਵਪਾਰ ਸੰਗਤ ਵਿੱਚ ਜਿਹੜਾ ਵਪਾਰ ਗੁਣਾਂ ਦਾ ਹੋ ਰਿਹਾ ਇਹ ਵੀ ਅਮੁੱਲਾ ਹੈ ਜੀ ਅਮੁੱਲ ਵਪਾਰੀਏ ਅਮੁੱਲ ਢੰਡਾਰ ਇਥੇ ਜਿਹੜੇ ਗੁਣ ਲੈ ਜਾਂਦੇ ਨੇ ਸੰਗਤ ਵਿੱਚ ਉਹ ਮਾਰੇ ਕਹਿੰਦੇ ਨੇ ਜੇ ਗੁਣਾਂ ਦੀ ਕੋਈ ਕੀਮਤ ਨਹੀਂ ਦੱਸ ਸਕਦਾ ਤੇ ਜਿਨ੍ਹਾਂ ਨੇ ਇਹਨਾਂ ਗੁਣਾਂ ਦਾ ਵਪਾਰ ਕਰ ਲਿਆ ਉਹ ਬੰਦੇ ਵੀ ਏਡੇ ਮਹਾਨ ਹੋ ਜਾਂਦੇ ਨੇ ਵੀ ਉਹਨਾਂ ਦੀ ਵੀ ਮੁੜ ਕੇ ਕੋਈ ਕੀਮਤ ਨਹੀਂ ਦੱਸ ਸਕਦਾ ਹੁੰਦਾ ਭਾਵੇਂ ਕੋਈ ਵਿਰਲਾ-ਵਿਰਲਾ ਹੀਆ ਗੁਣਾਂ ਦਾ ਵਪਾਰੀ ਪਰ ਜਦੋਂ ਕੋ ਬਣ ਜਾਂਦਾ ਉਹਦੀ ਵੀ ਕੀਮਤ ਨਹੀਂ ਕੋ ਦੱਸ ਸਕਦਾ ਤੇ ਜਦੋਂ ਕੋਈ ਗੁਣ ਲੈ ਜਾਂਦੇ ਨੇ ਇਥੋਂ ਅਮੁੱਲ ਗੁਣ ਅਮੁੱਲ ਵਪਾਰੀਏ ਅਮੁੱਲ ਭੰਡਾਰ ਜਦੋਂ ਗੁਣ ਇਥੋਂ ਚੁੱਕ-ਚੁੱਕ ਕੇ ਲਈ ਗਏ ਤੇ ਇਥੇ ਭੰਡਾਰਾ ਘਟ ਨਹੀਂ ਚੱਲਿਆ ਇਥੋਂ ਜਿੰਨੀ ਮਰਜ਼ੀ ਦੁਨੀਆ ਸਤ ਸੰਤੋਖ ਰੂਪੀ ਗੁਣ ਲੈ ਜਾਣ ਇਹ ਭੰਡਾਰਾ ਵੀ ਅਮੁੱਲ ਹੈ ਜੀ ਅਮੁੱਲ ਆਵੇ ਅਮੁੱਲ ਲਾ ਜਾਹੀ ਅਮੁੱਲ ਆਵੇ ਆਉਣ ਵਾਲੇ ਅਮੁੱਲੇ ਨੇ ਕੌਣ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਉਸ ਰੂਹ ਨੂੰ ਪੁੱਛੋ ਜਦੋਂ ਉਹ ਗੱਲਾਂ ਬਾਤਾਂ ਕਰਨ ਲੱਗ ਪੇ ਕਿ ਕਿਹੜੀ ਕੀਮਤ ਦੇ ਕੇ ਮਨੁੱਖਾ ਜਨਮ ਲਿਆਈ ਇਸ ਮਨੁੱਖਾ ਜਨਮ ਦਾ ਵੀ ਕੋਈ ਮੁੱਲ ਨਹੀਂ ਹੈਗਾ ਗੱਲ ਵੱਖਰੀ ਆ ਵੀ ਕਈ ਇਹਨੂੰ ਘਟੇ ਕੌਡੀਆਂ ਮਲਾ ਕੇ ਚਲੇ ਜਾਂਦੇ ਨੇ ਇਹ ਮੁੱਲ ਨਹੀਂ ਅੱਦਕ ਦਿੱਤਾ ਜਾਂਦਾ ਇਹ ਤੇ ਬੜੇ ਤਗੜਾ ਤਰਸ ਹੈ ਅਮੁੱਲ ਆਵੇਂ ਤੇ ਅਮੁੱਲ ਲੈ ਜਾਏ ਇਹ ਜਿਹੜਾ ਮਨੁੱਖਾ ਬੇਸ ਕੀਮਤੀ ਜਨਮ ਲੈ ਕੇ ਲੋਕੀ ਆਏ ਸੀ ਧੰਨ ਨੇ ਉਹ ਲੋਕ ਜਿਹੜੇ ਦੁਨੀਆ ਤੋਂ ਸੱਚ ਦਾ ਵਪਾਰ ਕਰਕੇ ਚਲੇ ਗਏ ਨੇ ਜਿਨ੍ਹਾਂ ਨੇ ਸੱਚ ਕਮਾਇਆ ਉਹਨਾਂ ਦੀ ਜ਼ਿੰਦਗੀ ਵੀ ਅਮੁੱਲੀ ਹੋ ਜਾਂਦੀ ਹੈ ਜੀ ਅਮੁੱਲ ਭਾਏ ਅਮੁੱਲਾ ਸਮਾਏ ਉਹ ਲੋਕੀ ਵੀ ਬਹੁਤ ਕੀਮਤੀ ਉੱਚੇ ਸੁੱਚੇ ਜੀਵਨ ਵਾਲੇ ਅਮੁੱਲੇ ਹੋ ਜਾਂਦੇ ਨੇ ਜਿਨ੍ਹਾਂ ਦਾ ਜੀਵਨ ਗੁਰੂ ਨੂੰ ਭਾ ਜਾਂਦਾ ਅਮੁੱਲ ਭਾਏ ਇਹ ਪੰਜਾਬੀ ਦਾ ਲਫ਼ਜ਼ ਖੁੱਧ ਹੁਣ ਚਲੋ ਹੋਰ ਹੋਰ ਤਰ੍ਹਾਂ ਦੀਆਂ ਬੋਲੀਆਂ ਹੁੰਦੀਆਂ ਅਮੁੱਲ ਭਾਏ ਭੌਣਾ ਕੀ ਆ ਕੋਈ ਮੱਥਾ ਟੇਕੇ ਉਹਦਾ ਮੱਥਾ ਟੇਕਣਾ ਗੁਰੂ ਨੂੰ ਇੰਨਾ ਚੰਗਾ ਲੱਗੇ ਵੀ ਮਹਾਰਾਜ ਖੁਸ਼ ਹੋ ਕੇ ਆਖਣ ਲੈ ਦੱਸ ਤੈਨੂੰ ਚਾਹੀਦਾ ਕੀ ਹੈ ਕੋਈ ਐਸੇ ਢੰਗ ਨਾਲ ਚੌਂਕੜੀ ਮਾਰ ਕੇ ਬਵੇ ਵੀ ਕਿਸੇ ਵੱਲ ਨਾ ਵੇਖੇ ਵੀ ਕੌਣ ਚੰਗਾ ਤੇ ਕੌਣ ਮਾੜਾ ਗੱਲ ਆਪਣੀ ਕਰੇ ਗੁਰੂ ਦੇ ਨਾਲ ਉਹਦਾ ਬਹਿਣਾ ਮਹਾਰਾਜ ਨੂੰ ਪਸੰਦ ਆ ਜਾਵੇ ਤੇ ਉਸੇ ਵੇਲੇ ਉਹਦੀ ਝੋਲੀ ਭਰ ਜਾਵੇ ਅਮੁੱਲ ਭਾਏ ਅਮੁੱਲ ਮਹਾਰਾਜ ਕਹਿੰਦੇ ਨੇ ਉਹ ਫਿਰ ਜਿਹੜੇ ਐਸੇ ਢੰਗ ਨਾਲ ਬਾਣੀ ਪੜਨ ਐਸੇ ਢੰਗ ਨਾਲ ਅੱਛਾ ਉਹ ਕਿਸੇ ਦੀ ਮਦਦ ਕਰਨ ਲੱਗੇ ਆ ਤੇ ਇੱਕ ਸਿੱਧਾ ਸਿੱਧਾ ਗੱਲ ਬਣੀਆਂ ਲੋਕੀ ਵੀ ਕਿਸੇ ਦੀ ਮਦਦ ਕਰਦੇ ਲੋਕੀ ਵੰਜ ਤੇ ਚੜਾ ਦਿੰਦੇ ਵੰਜ ਦਾ ਭਾਵ 100 ਰੁਪਈਆ ਵੀ ਦੇਣਾ ਹੋਵੇ ਤੇ 200 ਬੰਦੇ ਨੂੰ ਦੱਸਦੇ ਆ ਵੀ ਫਲਾਣੇ ਨੂੰ ਮੈਂ 100 ਰੁਪਈਆ ਦਿੱਤਾ ਉਹਦਾ ਕੀ ਫਾਇਦਾ ਗਰੀਬਨਵਾਦੀ ਕਹਿੰਦੇ ਨੇ ਕਿਸੇ ਦੀ ਮਦਦ ਵੀ ਕਰਨੀ ਆ ਤੇ ਸੱਜੇ ਹੱਥ ਨੂੰ ਫੜਾ ਤੇ ਖੱਬੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਇਹਨੂੰ ਕੁਝ ਫੜਾਇਆ ਐਸੇ ਢੰਗ ਨਾਲ ਮਦਦ ਕਰਕੇ ਤੇਰੀ ਮਦਦ ਕੀਤੀ ਗੁਰੂ ਨੂੰ ਚੰਗੀ ਲੱਗੇ ਮਾਰੇ ਕਹਿੰਦੇ ਨੇ ਇਹ ਜਿਹੜਾ ਭਾ ਜਾਣ ਐਸੇ ਬੰਦੇ ਫਿਰ ਸਦਾ ਵਾਸਤੇ ਗੁਰੂ ਵਿੱਚ ਸਮਾ ਜਾਂਦੇ ਹਨ ਅਮੁੱਲ ਧਰਮ ਅਮੁੱਲ ਦੀਬਾਨ ਕਿਉਂਕਿ ਉਹਦੀ ਕਚੈਰੀ ਵਿੱਚ ਜਿਹੜੇ ਫੈਸਲੇ ਹੁੰਦੇ ਨੇ ਨਾ ਉਹ ਕਿਸੇ ਮੁੱਲ ਤਾਰ ਕੇ ਫੈਸਲੇ ਬਦਲੇ ਨਹੀਂ ਜਾ ਸਕਦੇ ਉਹਦੀ ਇਦਾਂ ਦਾ ਉਹਦਾ ਨਿਜਮ ਆ ਅਮੁੱਲ ਧਰਮ ਧਰਮ ਦਾ ਪਾਬਕ ਨਿਜਮ ਉਹਦਾ ਨਿਜਮ ਸੱਚਾ ਹੈ ਉਹਦੀ ਕਚੈਰੀ ਸੱਚੀ ਹੈ ਉਹਨੇ ਫੈਸਲਾ ਕਰਨ ਲੱਗਿਆ ਤੇ ਆਪਣੇ ਕਦੀ ਪੁੱਤਰਾਂ ਵੱਲ ਨਹੀਂ ਵੇਖਿਆ ਵੀ ਬਾਬਾ ਸ੍ਰੀਚੰਦ ਲਖਮੀਦਾਸ ਕਿਵੇਂ ਨੇ ਬਾਬਾ ਦਾਤੂ ਦਾਸੂ ਜੀ ਕਿਵੇਂ ਨੇ ਤੇ ਬਾਬਾ ਮੋਹਰ ਜੀ ਤੇ ਮੋਹਣੀ ਜੀ ਕਿਵੇਂ ਨੇ ਤੇ ਜਿਹੜੇ ਬਾਹਰੋਂ ਆਏ ਮੇਰੇ ਕੀ ਲੱਗਦੇ ਨੇ ਮਾਰੇ ਕਹਿੰਦੇ ਉਹਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਉਹਨੂੰ ਭੁੱਖ ਪੇ ਕਿਸੇ ਕੋਲੋਂ ਲੈ ਕੇ ਕੁਝ ਆਪਣਾ ਫੈਸਲਾ ਬਦਲ ਦਵੇ ਉਹਦੇ ਧਰਮ ਸੱਚੇ ਨੇ ਉਹਦੀ ਕਚੈਰੀ ਸੱਚੀ ਆ ਜਿੱਥੇ ਦੁਨੀਆਦਾਰੀ ਦੀ ਗੱਲ ਕੋਈ ਨਹੀਂ ਚੱਲ ਸਕਦੀ ਅਮੁੱਲ ਤੁਲ ਅਮੁੱਲ ਪਰਵਾਨ ਮਾਰੇ ਕਹਿੰਦੇ ਨੇ ਜਿਹੜੀ ਉਹਨੇ ਤੱਕੜੀ ਵੱਜੀ ਹੋਈ ਆ ਨਾ ਉਹਦੀ ਉਹ ਵੀ ਅਮੁੱਲ ਆ ਅਮੁੱਲ ਦਾ ਭਾਵ ਸਮਝ ਰਹੇ ਹੋ ਪੇ ਕੋਈ ਕੀਮਤ ਦੇ ਕੇ ਉਹਦੀ ਤੱਕੜੀ ਵਿੱਚ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ ਜਿਵੇਂ ਦੁਕਾਨਾਂ ਵਾਲਿਆਂ ਨੇ ਕੰਡੇ ਕੀਤੇ ਹੋਏ ਨੇ ਸੌਦਾ ਦੇਣ ਲੱਗਿਆਂ ਲੀਟਰਾਂ ਵਿੱਚ ਤੇ ਲੈਣ ਲੱਗਿਆਂ ਕਿਲੋਆਂ ਵਿੱਚ ਜਿੱਦਾਂ ਦੁਕਾਨਾਂ ਵਾਲਿਆਂ ਨੇ ਰਜਿਸਟਰ ਕੋਈ ਹੋਰ ਲਾਏ ਹੋਏ ਆ ਦੇਣ ਵਾਸਤੇ ਲੈਣ ਵਾਸਤੇ ਕੁਝ ਹੋ ਰਿਹਾ ਇਹ ਪਮਾਨੇ ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ ਪਰ ਇਹ ਮੇਰਾ ਭਾਰਤ ਮਹਾਨ ਆ ਨਾ ਇੱਥੇ ਸਭ ਕੋਜੀ ਹੋ ਰਿਹਾ ਪਰ ਮਾਰੇ ਕਹਿੰਦੇ ਨੇ ਇਸ ਗੱਲ ਦਾ ਤੁਸੀਂ ਧਿਆਨ ਕਰ ਲਿਓ ਕਿ ਅਮੁੱਲ ਤੁਲ ਤੁਲ ਕਹਿੰਦੇ ਨੇ ਵੱਟੇ ਨੂੰ ਜਦੋਂ ਆਪਾਂ ਜਾਵਾਂਗੇ ਸਾਡੇ ਕਰਮਾਂ ਨੂੰ ਉਹਨੇ ਆਪਣੀ ਤਕੜੀ ਵਿੱਚ ਰੱਖਣਾ ਨਿਆ ਨਿਆ ਦੀ ਤਕੜੀ ਤੇ ਉਹਦਾ ਨਿਆ ਇਦਾਂ ਦਾ ਵੀ ਕੋਈ ਖਰੀਦ ਨਹੀਂ ਸਕਦਾ ਨਿਆ ਦੀ ਤਕੜੀ ਤੇ ਰੱਖ ਕੇ ਤੇ ਮਗਰ ਪਾਣਾ ਨੇ ਸੱਚ ਦਾ ਵੱਟਾ ਤੇ ਮਾਰੇ ਕਹਿੰਦੇ ਤੋਲਿਆ ਜਾਏਗਾ ਵੀ ਇਹ ਬੰਦਾ ਜ਼ਿੰਦਗੀ ਵਿੱਚ ਜੋ ਕਮਾ ਕੇ ਲਿਆਇਆ ਇਹਦੇ ਵਿੱਚ ਸੱਚ ਕਿੰਨਾ ਵਾ ਇਹਦੇ ਵਿੱਚ ਝੂਠ ਕਿੰਨਾ ਵਾ ਸੱਚ ਤੇ ਝੂਠ ਦਾ ਉੱਥੇ ਫਿਰ ਫੈਸਲਾ ਕੀਤਾ ਜਾਵੇਗਾ ਅਮੁੱਲ ਬਖਸ਼ਿਸ਼ ਅਮੁੱਲ ਨਿਸ਼ਾਨ ਹਾਂ ਉਹ ਆਪਣੀ ਕਿਰਪਾ ਨਾਲ ਕਿਸੇ ਨੂੰ ਬਖਸ਼ ਦਵੇ ਤੇ ਗੱਲ ਵੱਖਰੀ ਆ ਪਰ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਮੈਂ ਤੇਰੀਆਂ ਲੱਤਾਂ ਘੁੱਟ ਦਿੰਨਾ ਮੈਂ ਤੈਨੂੰ ਫਰੂਟ ਲਿਆ ਦਿੰਨਾ ਮੈਂ ਤੈਨੂੰ ਕੋ ਚੀਜ਼ਾਂ ਲਿਆ ਦਨਾ ਤੇ ਜਿਹਦੇ ਵਟੇ ਖੁਸ਼ ਹੋ ਕੇ ਮੈਨੂੰ ਬਖਸ਼ ਦਵੇ ਉਹ ਆਪਣੀ ਮਰਜ਼ੀ ਦਾ ਮਾਲਕ ਆ ਉਹਨੇ ਜੇ ਲੇਖਾ ਮੰਗਣ ਤੇ ਆਇਆ ਤੇ ਮਾਰੇ ਕਹਿੰਦੇ ਨੇ ਵੱਡਿਆਂ ਵੱਡਿਆਂ ਨੂੰ ਉਹਨੇ ਐ ਵਿੱਚੋਂ ਦੀ ਨੰਗਾ ਦਿੱਤਾ ਸੂਈ ਦੇ ਨੱਕੇ ਵਿੱਚੋਂ ਦੀ ਤੇ ਜੇ ਬਖਸ਼ਣ ਤੇ ਆਇਆ ਤੇ ਮਾਰੇ ਕਹਿੰਦੇ ਨੇ ਬਖਸ਼ਿਆ ਕਿਨੂੰ ਆ ਜਿਨ੍ਹਾਂ ਨੇ ਕਦੀ ਸਿਰ ਨਹੀਂ ਚੁੱਕਿਆ ਜਿਨ੍ਹਾਂ ਨੇ ਹਰ ਵੇਲੇ ਆਪਣੇ ਆਪ ਨੂੰ ਗੁਣਾਗਾਰ ਮੰਨਿਆ ਰਹੇ ਚੰਗੇ ਤੇ ਮੰਨਿਆ ਗੁਣਾਗਾਰ ਤੇ ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਕਰਮ ਨਹੀਂ ਸੀ ਚੰਗੇ ਪਰ ਬਣੇ ਬਣ ਫੱਬ ਕੇ ਦੁਨੀਆ ਤੇ ਰਹੇ ਮਾਰੇ ਕਹਿੰਦੇ ਉਹਨਾਂ ਕੋਲੋਂ ਫਿਰ ਲੇਖਾ ਨਹੀਂ ਦਿੱਤਾ ਗਿਆ ਬਹੁਤ ਵੱਡੀ ਗੱਲ ਨਹੀਂ ਤੇ ਦੂਜਿਆਂ ਨੂੰ ਆਖਿਆ ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਨ ਸੂਚੀ ਹੋਏ ਉਸ ਸਾਚੇ ਦੀ ਬਾਣ ਮੈਂ ਪੱਲਾ ਨਾ ਪਕੜਾ ਕੋਏ ਲੇਖਾ ਦੇਣਾ ਉਹਨਾਂ ਵਾਸਤੇ ਚੰਗਾ ਸੌਖਾ ਹੋਊਗਾ ਜਿਨ੍ਹਾਂ ਦੇ ਮਨ ਸੱਚੇ ਹੋਣਗੇ ਜਿਨ੍ਹਾਂ ਦੇ ਮਨ ਵਿੱਚ ਬੇਈਮਾਨੀ ਹੀਰਾ ਫੇਰੀ ਹੋਈ ਉੱਥੇ ਕਿਸੇ ਨੇ ਬਾਹ ਨਹੀਂ ਕਿਸੇ ਦੀ ਫੜਨੀ ਉੱਥੇ ਜੋ ਹੋਊਗਾ ਕੱਲੇ ਨਾਲ ਹੋਊਗਾ ਮਹਾਰਾਜ ਅੱਗੇ ਦੱਸ ਰਹੇ ਹਨ ਅਮੁੱਲ ਕਰਮ ਅਮੁੱਲ ਪਰਮਾਨ ਜਿਵੇਂ ਉਹਦੀ ਮਿਹਰ ਦਾ ਕੋਈ ਮੁੱਲ ਨਹੀਂ ਉਹ ਬੰਦੇ ਦੇ ਜੀਵਨ ਵੱਲ ਵੇਖ ਕੇ ਮਿਹਰ ਬਖਸ਼ਿਸ਼ ਕਰੇਗਾ ਉਹਨੇ ਜਿਹੜਾ ਹੁਕਮ ਕਰਨਾ ਨਾ ਫਿਰ ਬੰਦਿਆਂ ਦੇ ਉੱਤੇ ਇਹਨਾਂ ਰੂਹਾਂ ਦੇ ਉੱਤੇ ਚੰਗੇ ਕਰਮ ਕਰਨ ਵਾਲਿਆਂ ਨੂੰ ਆਪਣੇ ਘਰ ਲੈ ਜਾਏਗਾ ਤੇ ਮੰਦੇ ਕਰਮਾਂ ਵਾਲਿਆਂ ਨੂੰ 84 ਲੱਖ ਦੇ ਜੂਨਾ ਵਿੱਚ ਤੋਰਨ ਦਾ ਹੁਕਮ ਕਰ ਦੇਗਾ ਕੋਈ ਦੁਨੀਆ ਵਿੱਚ ਅਸੀਂ ਕੀਮਤ ਨਹੀਂ ਹੋਏਗੀ ਵੀ ਕੀਮਤ ਦੇ ਕੇ ਉਹਦਾ ਹੁਕਮ ਨੂੰ ਪਲਟਾਇਆ ਜਾ ਸਕੇ ਜਿਵੇਂ ਇੱਥੇ ਹੁਣ ਹੁਕਮ ਕੁਝ ਹੋ ਰਿਹਾ ਕੱਲ ਨੂੰ ਹੁਕਮ ਕੁਝ ਹੋਰ ਜਾਂਦਾ ਇੱਕੋ ਹੀ ਬੰਦਾ ਇੱਕ ਹਫਤੇ ਵਿੱਚ ਪੰਜ ਪੰਜ ਹੁਕਮ ਬਦਲ ਦਿੰਦਾ ਇੱਕੋ ਕੰਮ ਦੇ ਬਦਲੇ ਰੱਬ ਦੇ ਘਰ ਵਿੱਚ ਏਦਾਂ ਬਿਲਕੁਲ ਨਹੀਂ ਹੈਗਾ ਜੀ ਅਮੁੱਲਾ ਅਮੁੱਲਾ ਆਖਿਆ ਨਾ ਜਾਏ ਮਾਰੇ ਕਹਿੰਦੇ ਨੇ ਉਹ ਤੇ ਅਮੁੱਲਾ ਹੈ ਭਾਈ ਉਹਦੀ ਕੋਈ ਕੀਮਤ ਨਹੀਂ ਕੀ ਦਸੀ ਵੀ ਉਹ ਕਿੰਨਾ ਚੀਜ਼ਾਂ ਦੇ ਨਾਲ ਖਰੀਦਿਆ ਜਾਂਦਾ ਹੈ ਆਖ ਆਖ ਰਹੇ ਨੇ ਮਲਾਏ ਬਹੁਤ ਜ਼ਿਆਦਾ ਲੋਕ ਏਦਾਂ ਦੇ ਜਦੋਂ ਪਤਾ ਦਾ ਵੀ ਉੱਥੇ ਨਹੀਂ ਕਿਸੇ ਦੀ ਪੇਸ਼ ਜਾਂਦੀ ਕੋਈ ਰਿਸ਼ਵਤ ਨਹੀਂ ਕੋਈ ਚਲਾਕੀ ਨਹੀਂ ਕੋਈ ਉੱਥੇ ਆਪਣੇ ਮਨ ਦੀ ਹੁਜਤਵਾਦੀ ਨਹੀਂ ਚੱਲੇਗੀ ਤੇ ਉਹਨਾਂ ਕੀ ਕੀਤਾ ਉਹਨਾਂ ਮਨ ਦੀਆਂ ਸਿਆਣਪਾਂ ਚਤਰਾਇਆਂ ਛੱਡ ਕੇ ਤੇ ਚਿਰਨੀ ਪੈ ਗਏ ਨਾਮ ਜਪਣ ਲੱਗ ਪਏ ਉਹਦੇ ਬਾਣੇ ਵਿੱਚ ਆ ਗਏ ਗਰੀਬਨਵਾਦੀ ਕਹਿੰਦੇ ਨੇ ਉਹ ਫਿਰ ਕੀ ਹੋਇਆ ਕਿ ਆਖ ਆਖ ਰਹੇ ਲੈ ਲਾਏ ਉਹਨਾਂ ਦੇ ਕਰਤੇ ਪੁਰਖ ਦੇ ਵਿੱਚ ਲਿਵ ਜੋੜ ਲਈ ਤੇ ਜਿਹਦੀ ਲਿਵ ਜੁੜ ਗਈ ਆ ਉਹ ਕਰਤੇ ਪੁਰਖ ਦਾ ਸਰੂਪ ਹੋ ਜਾਂਦੇ ਹਨ ਆਗ੍ਹਾ ਵੇਦ ਪਾਠ ਪੁਰਾਣ ਮਾਰੇ ਕਹਿੰਦੇ ਕਿ ਤੇ ਰੱਬ ਦੀ ਬੇਨਤਤਾ ਹੀ ਕਿਸੇ ਨੇ ਪੜਨੀ ਸੁਣਨੀ ਹੋਵੇ ਤੇ ਆਪਣੇ ਧਰਮ ਦੀਆਂ ਕਿਤਾਬਾਂ ਪੋਥੀਆਂ ਪੜੋ ਮਾਰੇ ਕਹਿੰਦੇ ਨੇ ਜਦੋਂ ਦੀ ਦੁਨੀਆ ਬਣੀਆ ਵੇਦ ਇਹ ਗੱਲ ਕਹਿ ਰਹੇ ਨੇ ਪੁਰਾਣ ਇਹ ਗੱਲ ਕਹਿ ਰਹੇ ਨੇ ਕਿ ਉਹਦੀ ਸਿਫਤ ਸਲਾਹ ਕਰਨ ਤੋਂ ਬਿਨਾ ਕੋਈ ਬਖਸ਼ਿਆ ਨਹੀਂ ਜਾਏਗਾ ਉਹਦਾ ਨਾਮ ਹਰ ਇੱਕ ਨੂੰ ਜਪਣਾ ਪੈਣਾ ਹੈ ਆਖਾ ਪੜੀ ਕਰਮਕਿਆਨ بڑے بڑے ਪੜੇ ਲਿਖੇ ਲੋਕ ਬੜੇ ਬੜੀ ਵਿਆਖਿਆ ਕਰਨ ਵਾਲੇ ਲੋਕ ਉਹਦੀਆਂ ਸਿਫਤਾਂ ਕਰ ਰਹੇ ਹਨ ਆਖਾ ਵਰਮੇ ਆਖਾ ਇੰਦਰ ਵਰਮੇ ਦਾ ਭਾਵ ਹੈ ਬਹੁਵਚਨ ਕਈ ਬ੍ਰਹਮਾ ਜੀ ਉਹਦੀਆਂ ਰਾਤ ਦਿਨ ਸਿਫਤਾਂ ਕਰ ਰਹੇ ਨੇ ਕਈ ਇੰਦਰ ਵਰਗੇ ਦੇਵਤੇ ਰਾਤ ਦਿਨ ਉਹਨੂੰ ਖੁਸ਼ ਕਰਨ ਦੇ ਆਹਰ ਵਿੱਚ ਲੱਗੇ ਹੋਏ ਹਨ ਆਖ ਗੋਪੀਤਾ ਗੋਵਿੰਦਾ ਗੋਪੀਤਾ ਗੋਵਿੰਦਾ ਗੋਵਿੰਦ ਦਾ ਭਾਵ ਹੈ ਕ੍ਰਿਸ਼ਨ ਤੇ ਗੋਪੀਆਂ ਹੀ ਤੋਂ ਭਾਵ ਕੇ ਉਹਨਾਂ ਦੀਆਂ ਗੋਪੀਆਂ ਉਹਨਾਂ ਦੇ ਸੇਵਕ ਮਾਰੇ ਕਹਿੰਦੇ ਨੇ ਕਈ ਕ੍ਰਿਸ਼ਨ ਕਈ ਅਨੰਤ ਉਹਨਾਂ ਦੀਆਂ ਗੋਪੀਆਂ ਕਈ ਕ੍ਰਿਸ਼ਨ ਤੋਂ ਭਾਵ ਕਿ ਕਈ ਬਾਰ ਫਸਰਿਓ ਪਾਸਾਰ ਇਹ ਇੱਕ ਪੰਕਤੀ ਵਿੱਚ ਸਭ ਕੁਝ ਆ ਜਾਂਦਾ ਇਹ ਦੁਨੀਆ ਇੱਕ ਵਾਰ ਹੀ ਨਹੀਂ ਰਚੀ ਪਤਾ ਨਹੀਂ ਕਿੰਨੀ ਕਵਾਰੀ ਰਚੀ ਆ ਤੇ ਕਿੰਨੀ ਕਵਾਰੀ ਰਚੀ ਆ ਤੇ ਇਹਦਾ ਮਤਲਬ ਕਿ ਪਤਾ ਨਹੀਂ ਕਿੰਨੀ ਕਵਾਰੀ ਰਾਮ ਜੀ ਆਏ ਨੇ ਕਿ ਕਿੰਨੀ ਕਵਾਰੀ ਕ੍ਰਿਸ਼ਨ ਜੀ ਆਏ ਨੇ ਕਿੰਨੀ ਵਾਰੀ ਬ੍ਰਹਮਾ ਜੀ ਨੂੰ ਬਿਠਾਇਆ ਤੇ ਉਹਨਾਂ ਦੀ ਸਫਾਈ ਕਰ ਦਿੱਤੀ ਮਾਰੇ ਕਹਿੰਦੇ ਲੱਖ ਬ੍ਰਹਮ ਕੋ ਲੱਖ ਬ੍ਰਹਮਾ ਜਗ ਸਾਜਣ ਲਾਏ ਲੱਖਾਂ ਵਾਰ ਸ੍ਰਿਸ਼ਟੀ ਬਣੀ ਲੱਖਾਂ ਵਾਰ ਬ੍ਰਹਮਾ ਜੀ ਨੂੰ ਬਣਾਇਆ ਸ਼ਿਵ ਜੀ ਬਣਾਏ ਵਿਸ਼ਨੂ ਬਣਾਏ ਰਾਮ ਜੀ ਆਏ ਉਹ ਬੜੀ ਪੁਰਾਣੀ ਹੁਣ ਸਮਾਂ ਨਹੀਂ ਮੇਰੇ ਕੋਲ ਜਦੋਂ ਰਾਮ ਜੀ ਨੂੰ ਬਦਵਾਸ ਹੋਇਆ ਸੀ ਤੇ ਉਹ ਜਿੰਨਾ ਦੀ ਸ਼ਬਦ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੇ ਗਹਿਰੀ ਕਰਕੇ ਨੀਮ ਖਡਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਖਾਈ ਜਨ ਤ੍ਰਣ ਧਰਮੂਣਡ ਬੁਲਾਏ ਮਾਰਕੰਡਾ ઋષਿ ਜੀ ਨੂੰ ਜਦੋਂ ਮੱਥਾ ਟੇਕਣ ਗਏ ਸੀ ਤੇ ਲక్ష్ਮਣ ਨੇ ਆਖਿਆ ਜੀ ਕੀ ਮੱਥਾ ਟੇਕੀਏ ਤੋ ਨਾ ਕਹ ਲక్ష్ਮਣ ਹੋਰ ਤੇ ਸਾਡੇ ਕੋਲ ਕੁਝ ਨਹੀਂ ਤੇ ਆਹ ਮੁੰਦਰੀ ਮੱਥਾ ਟੇਕ ਦਿੰਨੇ ਆ ਚਲੋ ਠੀਕ ਆ ਜੀ ਉਹਨਾਂ ਸੰਤਾਂ ਨੂੰ ਮੁੰਦਰੀ ਮੱਥਾ ਟੇਕੀ ਮਾਰਕੰਡਾ ઋષਿ ਜੀ ਨੂੰ ਉਹਨਾਂ ਦੀ ਉਮਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇੰਨੀ ਹੋਈ ਵੀ ਕੋਈ ਪਤਾ ਹੀ ਨਹੀਂ ਕਿਸੇ ਨੂੰ ਕਿੰਨੀ ਕੁ ਉਮਰ ਸੀ ਉਹਨਾਂ ਦੀ ਲਿਖੀ ਨਹੀਂ ਕਿਤੇ ਵੀ ਤੇ ਉਹ ਜਦੋਂ ਮੁੰਦਰੀ ਮੱਥਾ ਟੇਕੀ ਤੇ ਮਾਰਕੰਡਾ ਜੀ ਕਹਿੰਦੇ ਨੇ ਲక్ష్ਮਣ ਆਹ ਕੁਟੀਆਂ ਦੇ ਪਿਛਲੇ ਪਾਸੇ ਛੋਟੀ ਕਿ ਕੋਹਰ ਕੁਟੀਆਂ ਵਾਂਗੂ ਜਿੱਦਾਂ ਕਿਸੇ ਦਾ ਸਟੋਰ ਬਣਿਆ ਹੁੰਦਾ ਉੱਥੇ ਰੱਖਿਆ ਉੱਥੇ ਜਦੋਂ ਗਏ ਤੇ ਉਹ ਮੁੰਦਰੀਆਂ ਦਾ ਢੇਰ ਲੱਗਾ ਹੋਇਆ ਸੀ ਕੋਟੇਰੀ ਮੁੰਦਰੀਆਂ ਸਾਰੀਆਂ ਚੁੱਕ ਕੇ ਵੇਖੀਏ ਤੇ ਸਾਰੀਆਂ ਹੀ ਇਦਾਂ ਦੀਆਂ ਜਿੱਦਾਂ ਦੀ ਅੱਜ ਮੱਥਾ ਟੇਕੀ ਕੱਲੀ ਕੱਲੀ ਨੂੰ ਫੜ ਕੇ ਵੇਖੀ ਵੀ ਤੇ ਅਜ ਵਰਗੀਆਂ ਸਾਰੀਆਂ ਹੀ ਉਹੋ ਜੀ ਘਾੜ ਤੋਂ ਨੇ ਸੋਨਾ ਉਹਨੇ ਉਹ ਫਿਰ ਅਣਕੇ ਪੁੱਛਦੇ ਆ ਵੀ ਮਹਾਰਾਜ ਇੱਥੇ ਕਿੰਨੇ ਕੁ ਰਾਜੇ ਆਏ ਆ ਸਾਰੇ ਤੁਹਾਨੂੰ ਮੁੰਦਰੀਆਂ ਹੀ ਮੱਥਾ ਟੇਕਦੇ ਆ ਤੇ ਰਾਮ ਜੀ ਨੂੰ ਪਤਾ ਸੀ ਤੇ ਲక్ష్ਮਣ ਨੂੰ ਫਿਰ ਉਹ ਕਹਿੰਦੇ ਨੇ ਉਹ ਕੀ ਨਾਂ ਉਹਨਾਂ ਦਾ ਸੀ ਜਨ ਤ੍ਰਿਣ ਧਰਮੂਣ ਬੁਲਾਏ ਉਹ ਉਹਨਾਂ ਨੇ ਆਖਿਆ ਵੀ ਲక్ష్ਮਣ ਇਹ ਹੋਰ ਰਾਜਿਆਂ ਦੀਆਂ ਮੁੰਦਰੀਆਂ ਨਹੀਂ ਗਈਆਂ ਕਈ ਵਾਰੀ ਧਰਤੀ ਬਣੀ ਤੇ ਕਈ ਵਾਰੀ ਧਰਤੀ ਦੇ ਜੀ ਗਰਕ ਹੋਏ ਹਰ ਵਾਰ ਸਤਜੁਗ ਲੱਗਦਾ ਸਤਜੁਗ ਤੋਂ ਬਾਅਦ ਤ੍ਰੇਤਾ ਲੱਗਦਾ ਹਰ ਤ੍ਰੇਤੇ ਵਿੱਚ ਤੁਸੀਂ ਦੋਵੇਂ ਭਰਾ ਆਉਂਦੇ ਹੋ ਹਰ ਵਾਰੀ ਤੁਹਾਨੂੰ ਬਨਵਾਸ ਹੁੰਦਾ ਇੱਥੋਂ ਦੀ ਲੰਗਦੇ ਹੋ ਤੇ ਤੁਹਾਡੇ ਕੋਲ ਹੋਰ ਕੁਝ ਨਹੀਂ ਹੁੰਦਾ ਤੁਸੀਂ ਸੋਨੇ ਦੀ ਮੁੰਦਰੀ ਮੱਥਾ ਟੇਕਦੇ ਹੋ ਇਹ ਤੁਹਾਡੀਆਂ ਨੇ ਤੋ ਕਹਿੰਦੇ ਜੀ ਤੁਸੀਂ ਉਦੋਂ ਦੇ ਬੈਠੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇੱਥੇ ਤੇ ਪਤਾ ਨਹੀਂ ਕਿੱਡੀਆਂ-ਕਿੱਡੀਆਂ ਉਮਰਾਂ ਵਾਲੇ ਲੋਕ ਹੋਏ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਮਾਰਕੰਡੇ ਨਾਲੋਂ ਤੇ ਕੋ ਵੱਡੀ ਉਮਰ ਵਾਲਾ ਹੋਇਆ ਹੀ ਨਹੀਂ ਪਰ ਉਹਨਾਂ ਕੀਤਾ ਕਿ ਜਨਤ੍ਰਿਣ ਧਰ ਮੁੰਡ ਬੁਲਾਈ ਉਹਨਾਂ ਕਿਹਾ ਅੱਜ ਵੀ ਮਰੇ ਕੱਲ ਵੀ ਮਰੇ ਉਹਨਾਂ ਬਣਾਇਆ ਕੱਖ ਨਹੀਂ ਕੱਖਾਂ ਦੀ ਕੁਲੀ ਬਣ ਕੇ ਤੇ ਨਾਮ ਹੀ ਜਪਦੇ ਰਹੇ ਨਾਮ ਹੀ ਜਪਦੇ ਰਹੇ ਭੀ ਤਿਆਰੀ ਕਰ ਛੜੀ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਸ ਢੰਗ ਨਾਲ ਕਈ RAM ਜੀ ਆਏ ਕਈ ਕ੍ਰਿਸ਼ਨ ਤੇ ਕਈ ਉਹਨਾਂ ਦੀਆਂ ਗੋਪੀਆਂ ਸਾਰੇ ਕਰਤੇ ਪੁਰਖ ਦੀ ਸਿਫਤ ਕਰ ਰਹੇ ਹਨ ਅਖਾ ਈਸ਼ਰ ਅਖਾ ਸਿੱਧ ਬੇਅੰਤ ਸ਼ਿਵ ਜੀ ਆਏ ਬੇਅੰਤ ਸਿੱਧ ਬੁੱਧਨਾਥ ਵਰਗੇ ਆਏ ਅਖਾ ਕੀਤੇ ਕੀਤੇ ਬੁੱਧ ਇੱਥੇ ਇੱਕ ਮਹਾਤਮਾ ਬੁੱਧ ਨੂੰ ਲੋਕੀ ਜਾਣਦੇ ਨੇ ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੈਂ ਇਹਨਾਂ ਅੱਖਾਂ ਨਾਲ ਵੇਖਿਆ ਕਈ ਮਹਾਤਮਾ ਬੁੱਧ ਇਸ ਦੁਨੀਆ ਤੇ ਪੈਦਾ ਹੋਏ ਉਹ ਸਾਰੇ ਆਪਣਾ ਗਿਆਨ ਲੈ ਕੇ ਕਰਤੇਪੁਰਖ ਦੀਆਂ ਸਿਫਤਾਂ ਕਹਿ ਰਹੇ ਹਨ ਆਕਾ ਦਾਨਵ ਆਕਾ ਦੇਵ ਬਹੁਤ ਜ਼ਿਆਦਾ ਰਾਖਸ਼ ਪਰਮਾਤਮਾ ਦੀ ਸਿਫਤ ਕਰ ਰਹੇ ਨੇ ਬਹੁਤ ਜ਼ਿਆਦਾ ਦੇਵਤੇ ਪਰਮਾਤਮਾ ਦੀ ਸਿਫਤ ਰਾਖਸ਼ ਕੌਣ ਕਰਦੇ ਨੇ ਲੰਕਾ ਦੇ ਵਿੱਚ ਬੈਠੇ ਹੋਏ ਪਭੀਖਣ ਜਿਨ੍ਹਾਂ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਆ ਉਹ ਰਾਖਸ਼ਕੁਲ ਵਿੱਚੋਂ ਸੀ ਭਗਤ ਪ੍ਰਹਲਾਦ ਵਰਗੇ ਰਾਖਸ਼ਕੁੱਲ ਵਿੱਚੋਂ ਸੀ ਮਾਰੇ ਕਹਿੰਦੇ ਸਭ ਨਾਮ ਜਪ ਰਹੇ ਹਨ ਆਖ ਸੁਰ ਨਰ ਮਨ ਜਨ ਸੇਵਾ ਬਹੁਤ ਦੇਵਤੇ ਮਨੁੱਖ ॠषि मुनि ਸਭ ਉਹਦਾ ਨਾਮ ਜਪ ਰਹੇ ਹਨ ਕੀਤੇ ਆਖ ਆਖ ਨ ਪਾਹੀ ਹੋਰ ਵੀ ਮਾਰੇ ਕਹਿੰਦੇ ਬਹੁਤ ਜ਼ਿਆਦਾ ਨੇ ਜਿਹੜੇ ਰਾਤ ਦਿਨ ਉਹਦੇ ਵਿੱਚ ਸੁਰਤ ਜੋੜ ਕੇ ਬੈਠੇ ਹੋਏ ਹਨ ਕੀਤੇ ਕਹ ਕ ਉਠ ਉਠ ਜਾਏ ਉਹਨੀਆਂ ਸਫਤਾਂ ਕਰਨ ਵਾਲੇ ਕੁਝ ਤੇ ਧਰਤੀ ਤੇ ਹੈਗੇ ਨੇ ਤੇ ਕੁਝ ਆਪਣੀਆਂ ਉਮਰਾਂ ਭੋਗ ਭੋਗ ਕੇ ਚਲੇ ਗਏ ਨੇ ਮਾਰੇ ਕਹਿੰਦੇ ਨੇ ਬਹੁਤ ਜ਼ਿਆਦਾ ਲੋਕ ਚਲੇ ਗਏ ਕੀਤੇ ਕੀਤੇ ਹੋਰ ਕਰੇ ਇਹ ਹੁਣ ਜਿੰਨੇ ਵੀ ਹੋਏ ਨੇ ਨਾ ਕਈ ਵਾਰੀ ਰਾਮ ਜੀ ਕ੍ਰਿਸ਼ਨ ਜੀ ਆਏ ਸ਼ਿਵ ਜੀ ਆਏ ਵਿਸ਼ਨੂੰ ਆਏ ਬ੍ਰਹਮਾ ਜੀ ਆਏ ਇੰਦਰ ਆਏ ਦੇਵਤੇ ਆਏ ਮਹਾਤਮਾ ਬੁੱਧ ਵਰਗੇ ਆਏ ਹੋਰ ਵੀ ਲੋਕ ਸਿਆਣੇ ਸਿਆਣੇ ਬਾਰੇ ਕਹਿੰਦੇ ਜਿੰਨਿਆਂ ਨੇ ਉਹਦੀ ਸਿਫਤ ਕੀਤੀ ਆ ਤੇ ਇੰਨੇ ਹੋਰ ਪੈਦਾ ਕਰ ਦੋ ਤੇ ਇਹ ਸਾਰੇ ਇਕੱਠੇ ਹੋ ਕੇ ਉਹਦੀਆਂ ਸਿਫਤਾਂ ਕਰਦੇ ਰਹਿਣ ਤਾਂ ਆਖਣਾ ਸਕੇ ਕਿ ਕੇ ਪਰ ਫੇਰ ਵੀ ਇਹਨੇ ਜਾਣੇ ਇਕੱਠੇ ਹੋ ਕੇ ਵੀ ਉਹਦੇ ਗੁਣ ਗਾਉਣ ਲੱਗੋ ਤੇ ਤਾਂ ਵੀ ਨਹੀਂ ਦੱਸੀ ਜਾਂਦੀ ਵੀ ਉਹਦੀ ਵਡਿਆਈ ਕਿੱਡੀ ਕਬੱਡੀ ਏਡੀ ਉਹ ਵਿਡਿਆਈਆਂ ਦਾ مالک ਹੈ ਜੀ ਜੀਵਨ ਭਾਵੈ ਤੀਵੰਡ ਹੋਈ ਇਸ ਕਰਕੇ ਨਹੀਂ ਦੱਸੀ ਜਾਂਦੀ ਕਿ ਉਹ ਨੂੰ ਜਿੱਡੀ ਮਰਜ਼ੀ ਵੱਡਾ ਆਪਣਾ ਖਲਾਰਾ ਖਲਾਰ ਲੈਂਦਾ ਕੋਈ ਅੱਜ ਇੰਨਾ ਕ ਖਲਾਰਾ ਦੱਸੇ ਦੱਸਦਾ ਦੱਸਦਿਆਂ ਹੋਰ ਵੱਡਾ ਹੋ ਜਾਏਗਾ ਉਹ ਉਹ ਜਿੱਦਾਂ ਮਰਜੀ ਆਪਣੇ ਆਪ ਨੂੰ ਵੱਡਾ ਕਰ ਸਕਦਾ ਹੈ ਨਾਨਕ ਜਾਣ ਸਾਚਾ ਸੋਈ ਮਹਾਰਾਜ ਕਹਿੰਦੇ ਨੇ ਉਹ ਆਪੇ ਹੀ ਜਾਣਦਾ ਵਾ ਵੀ ਉਹ ਕਿੱਡਾ ਵੱਡਾ ਕਿੰਨੀਆਂ ਬਖਸ਼ਿਸ਼ਾਂ ਦਾ ਮਾਲਕ ਹੈ ਜੇ ਕੋ ਆਖੇ ਬੋਲ ਵਿਗਾੜ ਪਰ ਜੇ ਕੋਈ ਬੜਬੋਲਾ ਬੰਦਾ ਕਵੇ ਜਿਹੜਾ ਬਹੁਤ ਬੋਲਣ ਗਿੱਜਾ ਹੋਵੇ ਤੋ ਆਖੇ ਮੈਂ ਦੱਸ ਦਿੰਨਾ ਵੀ ਉਹ ਕਿੱਡਾ ਕੁ ਵੱਡਾ ਵਾ ਮੇਰੇ ਕੋਲੋਂ ਸੁਣ ਲੋ ਕੋਈ ਮੂਰਖ ਬੜਬੋਲਾ ਬੰਦਾ ਜੇ ਦੱਸਣ ਦੀ ਕੋਸ਼ਿਸ਼ ਕਰੇ ਤਾਂ ਲਖਿਆ ਸਿਰ ਗਵਾਰ ਗਵਾਰ ਫਿਰ ਮਾਰੇ ਕਹਿੰਦੇ ਨੇ ਉਹਨੂੰ ਮੂਰਖਾਂ ਦਾ ਸਰਦਾਰ ਮੰਨਿਆ ਜਾਏਗਾ ਉਹਨੂੰ ਮੂਰਖਾਂ ਦਾ ਮੁਖੀ ਮੰਨਿਆ ਜਾਊਗਾ ਜਿਹੜਾ ਕਹੂਗਾ ਮੈਂ ਰੱਬ ਬਾਣੇ ਕੁਝ ਦੱਸ ਸਕਨਾ ਵਾ ਗਰੀਬਨਵਾਦੀ ਕਹਿੰਦੇ ਨੇ ਉਹ ਇੰਨਾ ਕੁਝ ਸਾਡੇ ਵਾਸਤੇ ਕਰ ਰਹੇ ਨੇ ਪਹਿਲੋਂ ਵੀ ਕਰਦੇ ਸੀ ਅਗਾਹ ਵੀ ਕਰਨਗੇ ਉਹਦਾ ਕੀਤਾ ਹੋਇਆ ਸਭ ਕੁਝ ਚੱਲ ਰਿਹਾ ਅਸੀਂ ਉਹਦੇ ਗੌਣ ਹੀ ਨਹੀਂ ਦੱਸ ਸਕਦੇ ਵੀ ਜੋ ਸਾਡੇ ਵਾਸਤੇ ਕਰ ਰਿਹਾ ਦੂਜਿਆਂ ਵਾਸਤੇ ਕੀ ਕਰ ਰਿਹਾ ਉਹ ਤੇ ਸਾਡੇ ਕੋਲੋਂ ਦੱਸਿਆ ਨਹੀਂ ਜਾਣਾ ਐਸੇ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਵਸੀਲਾ ਹੈ ਸਾਧ ਸੰਗਤ ਵਸੀਲਾ ਹੈ ਸ਼ਬਦ ਕਥਾ ਕੀਰਤਨ ਉਹਦਾ ਨਾਮ ਜੋ ਚੱਲ ਰਿਹਾ ਇਸ ਤੋਂ ਅਗਲੀ ਪੌੜੀ ਦੇ ਵਿਚਾਰ ਕੱਲ ਨੂੰ ਹੋਵੇਗੀ ਗੁਰੂ ਸਾਹਿਬ ਕਿਰਪਾ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਅਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਸਤਿ